ਹੈਲੋ ਐਂਡ ਸਤਿ ਸ਼੍ਰੀ ਅਕਾਲ। ਮੈਂ ਹਾਂ ਤੁਹਾਡਾ ਆਪਣਾ ਗੁਰਜੀਤ ਸਿੰਘ ਅਤੇ ਲੈ ਕੇ ਹਾਜ਼ਰ ਹਾਂ ਜੀ ਇੱਕ ਵੱਖਰੇ ਅੰਦਾਜ਼ ਦਾ ਸ਼ੋਅ। ਨਾਮ ਹੈ ਜਿਸਦਾ PTC ਸਟਾਰ ਸਪੀਕਸ। ਦੋਸਤੋ, ਜਿੱਦਾਂ ਕਿ ਆਪਾਂ ਸਾਰੇ ਜਾਣਦੇ ਹਾਂ ਕਿ ਪੰਜਾਬੀ ਸਿਨੇਮਾ ਦੇ ਵਿੱਚ ਸਾਡੇ ਸਟਾਰ ਸਿੰਗਰਸ ਨੇ ਬਤੌਰ ਐਕਟਰਸ ਵੀ ਆਪਣੀ ਤਾਕ ਜਮਾਈ ਹੈ, ਅਤੇ PTC ਸਟਾਰ ਸਪੀਕਸ ਇੱਕ ਖਾਸ ਸੀਰੀਜ਼ ਹੈ ਜਿਹਦੇ ਵਿੱਚ ਮੈਂ ਤੁਹਾਡੀ ਮੁਲਾਕਾਤ ਕਰਵਾਵਾਂਗਾ ਜੀ ਉਹਨਾਂ ਐਕਟਰਸ ਦੇ ਨਾਲ ਜਿਨ੍ਹਾਂ ਨੇ ਆਪਣੀ ਲਾਈਫ ਨੂੰ ਡੈਡੀਕੇਟ ਕੀਤਾ ਸਿਰਫ ਅਤੇ ਸਿਰਫ ਐਕਟਿੰਗ ਦੇ ਲਈ। ਅਤੇ ਆਪਾਂ ਜਾਣਾਂਗੇ ਉਹਨਾਂ ਤੋਂ ਕਿ ਉਹਨਾਂ ਦਾ ਜਿਹੜਾ ਤਜਰਬਾ ਰਿਹਾ ਹੈਗਾ ਅਤੇ ਖਾਸ ਤੌਰ 'ਤੇ ਜਿਹੜੀ ਪੰਜਾਬੀ ਸਿਨੇਮਾ ਦੀ ਗਰੋਥ ਹੋਈ ਹੈ ਉਹਦੇ ਵਿੱਚ ਉਹਨਾਂ ਦੀ ਕੰਟਰੀਬਿਊਸ਼ਨ ਕਿਹੋ ਜਿਹੀ ਰਹੀ ਹੈ। ਹਾਲਾਂਕਿ ਆਪਾਂ ਸਾਰੇ ਜਾਣਦੇ ਹਾਂ ਕਿ ਬਹੁਤ ਅਹਿਮ ਕੰਟਰੀਬਿਊਸ਼ਨ ਰਹੀ ਹੈ, ਪਰ ਫਿਰ ਵੀ ਉਹਨਾਂ ਦੀ ਜ਼ੁਬਾਨ ਤੋਂ ਜਦ ਸੁਣਾਂਗੇ ਤਾਂ ਬਹੁਤ ਵਧੀਆ ਸਾਨੂੰ ਲੱਗੇਗਾ। ਅਤੇ ਮਿੱਤਰੋ, ਅੱਜ ਮੈਂ ਤੁਹਾਡੀ ਮੁਲਾਕਾਤ ਕਰਵਾਉਣ ਜਾ ਰਿਹਾ ਜੀ ਪਵਨ ਰਾਜ ਮਲਹੋਤਰਾ ਜੀ ਨਾਲ। ਬਿਲਕੁਲ ਜੀ ਬਿਲਕੁਲ, ਦਿੱਲੀ ਦੇ ਪੰਜਾਬੀ ਇਸ ਗੱਭਰੂ ਨੇ ਆਪਣੀ ਸ਼ੁਰੂਆਤ ਕੀਤੀ ਐਕਟਿੰਗ ਦੀ ਸ਼ੁਰੂਆਤ ਥੀਏਟਰ ਤੋਂ, ਅਤੇ ਇਹਦੇ ਬਾਅਦ ਨੁੱਕੜ ਵਰਗੇ ਕਲਾਸੀਕਲ ਸੀਰੀਅਲ ਦੇ ਵਿੱਚ ਕੰਮ ਕਰਕੇ ਆਪਣੀ ਐਕਟਿੰਗ ਦਾ ਲੋਹਾ ਮਨਵਾਇਆ, ਅਤੇ ਫਿਰ ਉਸ ਤੋਂ ਬਾਅਦ ਉਹ ਚਲੇ ਗਏ ਜੀ ਬਾਲੀਵੁੱਡ ਦੇ ਵਿੱਚ। ਅਤੇ ਜਦੋਂ ਉੱਥੇ ਕਦਮ ਇਹਨਾਂ ਨੇ ਰੱਖ ਲਿਆ ਫਿਰ ਪਿੱਛੇ ਮੁੜ ਕੇ ਨਹੀਂ ਦੇਖਿਆ ਹੈਗਾ, ਇੱਕ ਤੋਂ ਬਾਅਦ ਇੱਕ ਯਾਦਗਾਰ ਅਤੇ ਹਸੀਨ ਸਫ਼ਰ ਇਹਨਾਂ ਨੇ ਤੈਅ ਕੀਤੇ ਬਾਲੀਵੁੱਡ ਦੇ ਵਿੱਚ, ਅਤੇ ਇਹਨਾਂ ਦਾ ਹਰ ਇੱਕ ਪਲ ਹਰ ਇੱਕ ਕਿਰਦਾਰ ਯਾਦਗਾਰ ਬਣਦਾ ਚਲਾ ਗਿਆ। ਬੇਸ਼ੱਕ ਗੱਲ ਹੋਵੇ ਬਲੈਕ ਫ੍ਰਾਈਡੇ ਦੀ ਜਾਂ ਫਿਰ ਜਬ ਵੀ ਮੈਟ ਦੀ ਜਾਂ ਫਿਰ ਭਾਗ ਮਿਲਖਾ ਭਾਗ ਵਰਗੀਆਂ ਸੁਪਰ ਡੁਪਰ ਹਿੱਟ ਫਿਲਮਾਂ ਦੀ। ਅਤੇ ਪੰਜਾਬੀ ਇੰਡਸਟਰੀ ਦੇ ਵਿੱਚ ਇਹਨਾਂ ਦੀ ਸ਼ੁਰੂਆਤ ਹੋਈ ਜੀ 2014 ਦੇ ਵਿੱਚ ਫਿਲਮ ਪੰਜਾਬ 1984 ਦੇ ਨਾਲ, ਅਤੇ ਉਸ ਤੋਂ ਬਾਅਦ ਇਹ ਜਨਮ ਤੁਮਾਰੇ ਲੇਖੇ ਵਿੱਚ ਇਹਨਾਂ ਨੇ ਕਿਰਦਾਰ ਨਿਭਾਇਆ ਜੀ ਪੰਜਾਬ ਦੇ ਦਰਵੇਸ਼ ਪੁਰਸ਼ ਭਗਤ ਪੂਰਨ ਸਿੰਘ ਜੀ ਦਾ। ਆਓ ਜੀ ਫਿਰ ਬਿਨਾਂ ਕਿਸੇ ਦੇਰੀ ਤੋਂ ਕਰਦੇ ਇਹਨਾਂ ਨਾਲ ਖਾਸ ਮੁਲਾਕਾਤ। ਐਕਟਰ ਉਹੀ ਹੈ ਜਿਹੜਾ ਅਲੱਗ ਅਲੱਗ ਕਿਰਦਾਰ ਕਰ ਸਕੇ, ਟੈਲੈਂਟ ਦੀ ਕੋਈ ਕਮੀ ਨਹੀਂ ਹੈ, ਪੰਜਾਬ ਵਿੱਚ ਕਹਾਣੀਆਂ ਦੀ ਕੋਈ ਕਮੀ ਨਹੀਂ ਹੈ। ਜਿਹੜੇ ਅਵਾਰਡਸ ਕੀ ਇੰਪੋਰਟੈਂਸ ਰੱਖਦੇ ਨੇ ਐਕਟਰਸ ਲਈ, ਡਾਇਰੈਕਟਰਸ ਲਈ ਜਾਂ ਫਿਰ ਜੋ ਵੀ ਫਿਲਮ ਇੰਡਸਟਰੀ ਨਾਲ ਜੁੜੇ ਹੋਏ ਨੇ? ਬਹੁਤ ਇੰਪੋਰਟੈਂਟ ਹੁੰਦਾ, ਜਦ ਵੀ ਕੋਈ ਆਰਟਿਸਟ ਹੁੰਦਾ ਪਿੱਠ 'ਤੇ ਜਿਹੜੀ ਥਪਥਪੀ ਹੁੰਦੀ ਹੈ, ਅਵਾਰਡਸ ਪਿੱਠ 'ਤੇ ਥਪਥਪੀ ਨਹੀਂ। ਇੱਕ ਤਾਂ ਮੈਨੂੰ ਪੰਜਾਬ ਆਉਣਾ ਬੜਾ ਚੰਗਾ ਲੱਗਦਾ, ਪੰਜਾਬ ਦੇ ਲੋਕਾਂ ਦਾ ਦਿਲ ਉਹਨਾਂ ਦੀ ਛਾਤੀਆਂ ਤੋਂ ਵੱਡਾ ਹੈ, ਔਰ ਸਾਡਾ ਢੋਲ ਚਾਹੇ 3 ਬੀਟ ਹੋਣ ਦੁਨੀਆ 'ਚ ਕਿਤੇ ਵੀ ਵਜਾ ਦਿਓ ਪੈਰ ਟੈਪ ਹੋ ਜਾਂਦਾ ਹੈ। ਆਈ ਐਮ ਵੈਰੀ ਪ੍ਰਾਊਡ ਟੂ ਬੀ ਏ ਪੰਜਾਬੀ, ਬਸ ਪੰਜਾਬੀ ਫਿਲਮਾਂ 'ਚ ਕੰਮ ਮਿਲਦਾ ਰਹੇ, ਐਸੀ ਬਹਾਨੇ ਮੈਂ ਪੰਜਾਬ ਆਉਂਦਾ ਰਹਾਂ। ਮੋਸਟ ਆਫ ਦਾ ਬਿਗ ਸਟਾਰ ਪੰਜਾਬੀ ਰਹੇ, ਦਿਲੀਪ ਕੁਮਾਰ ਸਾਹਿਬ, ਯੂਸਫ ਸਾਹਿਬ ਵੀ ਪੰਜਾਬੀ ਸੀ। ਸਤਿ ਸ਼੍ਰੀ ਅਕਾਲ ਪਵਨ ਜੀ। ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ PTC ਸਟਾਰ ਸਪੀਕਸ ਦੇ ਵਿੱਚ। ਬਹੁਤ ਧੰਨਵਾਦ। ਅਤੇ ਆਪਣੀ ਮੁਲਾਕਾਤ ਵੈਸੇ ਹੁਣ ਅਕਸਰ ਹੁੰਦੀ ਰਹਿ ਰਹੀ ਹੈ ਕਿਉਂਕਿ ਤੁਸੀਂ ਜਿੱਦਾਂ ਜਿੱਦਾਂ ਪੰਜਾਬੀ ਇੰਡਸਟਰੀ ਪੰਜਾਬੀ ਸਿਨੇਮਾ ਦੇ ਨਾਲ ਜੁੜ ਰਹੇ ਹੋ ਤਾਂ ਸਾਨੂੰ ਵੀ ਤੁਹਾਡੇ ਨਾਲ ਜੁੜਨ ਦਾ ਮੌਕਾ ਮਿਲਿਆ ਜੀ, ਅਤੇ ਇੱਦਾਂ ਬੈਠਣ ਦਾ ਮੌਕਾ ਮਿਲਿਆ ਜੀ। ਮੈਂ ਬਹੁਤ ਖੁਸ਼ ਹਾਂ ਪੰਜਾਬੀ ਸਿਨੇਮਾ ਨਾਲ ਜੁੜ ਕੇ, ਰੱਬ ਕਰੇ ਚੰਗਾ ਚੰਗਾ ਕੰਮ ਮਿਲਦਾ ਰਹੇ, ਹੋਰ ਕੰਮ ਕਰਦੇ ਜਾਈਏ। ਬਿਲਕੁਲ ਜੀ, ਦਿਲੋਂ ਦੁਆ ਹੈਗੀ ਹੈ ਕਿ ਜਿਹੜਾ ਤੁਹਾਡਾ ਕੰਮ ਹੈਗਾ ਸਾਡੀ ਫਿਲਮਾਂ ਲਈ ਬਹੁਤ ਜ਼ਰੂਰਤ ਹੈਗੀ ਹੈ ਇਸ ਇੱਦਾਂ ਦੇ ਕੰਮ ਦੀ ਖਾਸ ਤੌਰ 'ਤੇ। ਅੱਛਾ, ਜਦੋਂ ਦਿੱਲੀ ਦੇ ਕਾਲਜ ਤੋਂ ਤੁਸੀਂ ਇੱਕ ਸਫ਼ਰ ਆਪਣਾ ਸ਼ੁਰੂ ਕੀਤਾ ਫਰਜ਼ ਕਰੋ, ਅਤੇ ਉਸ ਤੋਂ ਬਾਅਦ ਬਾਲੀਵੁੱਡ ਵਿੱਚ ਜਾ ਕੇ ਨਾ ਸਿਰਫ ਨਾਮ ਖੱਟਿਆ ਬਲਕਿ ਇੱਕ ਵਰਸੇਟਾਈਲ ਐਕਟਰ ਦਾ ਨਾਮ ਖੱਟਿਆ, ਇੱਕ ਇੰਟੈਂਸ ਐਕਟਰ ਦਾ ਨਾਮ ਖੱਟਿਆ, ਕੀ ਸੋਚਦੇ ਇਹਦੇ ਬਾਰੇ ਫਿਰ ਤੁਸੀਂ? ਐਸਾ ਕੁਛ ਸੋਚ ਕੇ ਪਲੈਨ ਕਰਕੇ ਤਾਂ ਨਹੀਂ ਹੋਇਆ, ਹਾਂਜੀ ਹਾਂ, ਔਰ ਨਾ ਹੀ ਮੈਨੂੰ ਲੱਗਦਾ ਕਦੀ ਕੋਈ ਪਲੈਨ ਕਰ ਸਕਦਾ। ਡੈਸਟੀਨੀ ਦਾ ਮੈਂ ਬਿਲੀਵਰ ਹੈਗਾ ਜੀ, ਰੱਬ ਕਿੱਥੇ ਲੈ ਕੇ ਜਾਂਦਾ, ਔਰ ਸਾਡਾ ਕੰਮ ਕਰਮ ਕਰਨਾ ਹੈ, ਇਹ ਗੱਲ ਸੱਚ ਹੈਗੀ। ਬਿਲਕੁਲ, ਜੋ ਵੀ ਕੰਮ ਤੁਹਾਨੂੰ ਮਿਲਦਾ ਜਾਂ ਤੁਸੀਂ ਤੈਅ ਕਰਦੇ ਹੋਏ ਕੰਮ ਹੈ ਬੀੜਾ ਚੁੱਕਿਆ, ਉਹਨੂੰ ਆਪਣੀ ਪੂਰੀ ਇਮਾਨਦਾਰੀ ਨਾਲ ਕਰੋ। ਬਾਕੀ ਇਹ ਪ੍ਰੋਫੈਸ਼ਨ ਇਹੋ ਜਿਹਾ ਕਿ 100% ਤਾਂ ਕਦੀ ਹੁੰਦਾ ਹੀ ਨਹੀਂ। ਸਹੀ ਗੱਲ ਹੈ, ਦੇਰ ਇਜ਼ ਆਲਵੇਜ਼ ਰੂਮ ਫੋਰ ਮੋਰ। ਜਿੰਨਾ ਵੀ ਕਰ ਲਓਗੇ, ਇੱਕ ਹਿਊਮਨ ਇਮੋਸ਼ਨ ਦੀ ਗੱਲ ਹੋ ਰਹੀ ਹੈ, ਉਹਦੇ 'ਚ ਹਮੇਸ਼ਾ ਥੋੜ੍ਹਾ ਬਚਦਾ ਹੈ, ਇਸ ਕਰਕੇ ਤੁਸੀਂ ਹਮੇਸ਼ਾ ਅੱਡੀਆਂ ਉੱਚੇ ਕਰਕੇ ਰਹਿਣਾ ਪਏਗਾ ਧਿਆਨ ਦੇ ਕੇ। ਬਟ ਤੁਸੀਂ ਕਦੇ ਸੋਚਿਆ ਸੀ ਜਦੋਂ ਕਾਲਜ ਪੜ੍ਹਦੇ ਸੀ ਕਿ ਮੈਨੂੰ ਇੱਦਾਂ ਦੀ ਪਹਿਚਾਣ ਮਿਲੂਗੀ? ਨਹੀਂ ਨਹੀਂ, ਮੈਂ ਫਿਲਮਾਂ 'ਚ ਕੰਮ ਕਰਾਂਗਾ, ਮੈਨੂੰ ਮੇਰੀ ਕੋਈ ਐਕਟਿੰਗ ਦੇ ਪੈਸੇ ਦੇਗਾ ਇਹ ਕਦੀ ਸੋਚਿਆ ਨਹੀਂ। ਅਸੀਂ ਤਾਂ ਥੀਏਟਰ ਸ਼ੌਕੀਆ ਕਰਦੇ ਸੀ, ਹਾਂਜੀ ਹਾਂ, ਔਰ ਉਹ ਵੀ ਪਹਿਲੀ ਵਾਰ ਸਕੂਲ ਦੀ ਗਰਮੀਆਂ ਦੀ ਛੁੱਟੀਆਂ ਸੀ, ਅਤੇ ਮੇਰਾ ਇੱਕ ਬਚਪਨ ਦਾ ਦੋਸਤ, ਉਹਦੇ ਜਾਣਨ ਵਾਲੇ ਕੋਈ ਥੀਏਟਰ ਕਰਦੇ ਸੀ, ਉਹਨਾਂ ਨੇ ਇੱਕ ਪਲੇਅ ਕਰ ਰਹੇ ਸੀ ਜਿਹਦੇ 'ਚ ਉਹਨਾਂ ਨੂੰ ਨਾਟਕ 'ਚ ਭੀੜ ਚਾਹੀਦੀ ਸੀ। ਅੱਛਾ ਜੀ। ਤਾਂ ਉਹਨੇ ਮੈਨੂੰ ਪੁੱਛਿਆ ਕਰੇਗਾ? ਹਾਂਜੀ ਕਰਾਂਗਾ। ਮੈਂ ਸੋਚਿਆ ਮੱਲੇ ਜੀ ਕੁਛ ਹੋ ਰਿਹਾ, ਫਿਰ ਉਹਨੇ ਦੱਸਿਆ ਨਹੀਂ ਨਹੀਂ ਥੀਏਟਰ ਸ਼ੁਰੂ, ਅਤੇ ਮੈਂ ਮੇਰਾ ਪਹਿਲਾ ਰਿਐਕਸ਼ਨ ਸਾਨੂੰ ਕਿਉਂ ਲਏਗਾ? ਉਹਨੇ ਕਿਹਾ ਤੈਨੂੰ ਕੀ, ਤੂੰ ਚੱਲ। ਅਸੀਂ ਗਏ, ਸਾਨੂੰ ਸਵਾਦ ਆਉਣ ਲੱਗ ਪਿਆ, ਔਰ ਉਹਨਾਂ ਨੇ ਗਰੁੱਪ ਵਾਲਿਆਂ ਨੇ ਇੱਕ ਦਿਨ ਮੈਨੂੰ ਬੋਲਿਆ ਕਿ ਤੂੰ ਸਾਡਾ ਮੈਂਬਰ ਕਿਉਂ ਨਹੀਂ ਬਣ ਜਾਂਦਾ, ਕਿਉਂਕਿ ਮੈਂ ਕੁਛ ਕਰਾਊਡ ਸੀ ਥੋੜ੍ਹਾ ਇੰਪਰੋਵਾਈਜ਼ ਵਗੈਰਾ ਕੀਤਾ ਜੀ, ਅਤੇ ਅਸੀਂ ਉਹ ਜੋ ਵੀ ਨੋਮੀਨਲ ਉਹਨਾਂ ਦਾ ਫੀਸ ਸੀਗੀ ਫੋਰਮ ਭਰੋ, ਜੋ ਵੀ ਫਾਰਮੈਲਿਟੀ ਸੀ। ਉਸ ਤੋਂ ਬਾਅਦ ਫਿਰ ਉਹ ਫੈਸਲ ਅਲਕਾਜ਼ੀ, ਅਲਕਾਜ਼ੀ ਸਾਹਿਬ ਦਾ ਮੁੰਡਾ ਸੀ, ਉਹਨੇ ਹੋਰ ਪਲੇਸ ਵਿੱਚ ਰੋਲ ਦੇ ਦਿੱਤਾ, ਕੀ ਬਾਤ ਹੈ। ਔਰ ਫਿਰ ਇੱਕ ਸਿਲਸਿਲਾ ਸ਼ੁਰੂ ਹੋਇਆ, ਫਿਰ ਪਹਿਲੀ ਵਾਰ ਮੈਂ
ਇੱਕ ਫਾਦਰ ਕਰਕੇ ਪਲੇ ਕੀਤਾ ਸੀ ਆਰਡਰਲੀ ਦਾ ਰੋਲ ਤੇ ਅਖਬਾਰ ਵਿੱਚ ਮੇਰਾ ਨਾਂ ਆਇਆ ਸੀ ਕਿ ਪਵਨ ਮਲਹੋਤਰਾ ਐਜ਼ ਆਰਡਰਲੀ ਵਾਜ਼ ਇੰਪ੍ਰੈਸਿਵ ਤੇ ਮੈਂ ਹਫ਼ਤਾ 10 ਦਿਨ ਤੱਕ ਉਹ ਅਖਬਾਰ ਬਾਰ ਬਾਰ ਖੋਲ੍ਹ ਕੇ ਵੇਖਦਾ ਰਹਿੰਦਾ ਸੀ ਕੀ ਬਾਤ ਹੈ ਜੀ ਉਹ ਸ਼ੌਕ ਹੋਇਆ ਸਵਾਦ ਆਉਣ ਲੱਗ ਪਿਆ ਅਸੀਂ ਹਰ ਰੋਜ਼ ਸ਼ਾਮ ਨੂੰ ਆਪਣਾ ਮੰਡੀ ਹਾਊਸ ਜਾਣਾ ਔਰ ਅਲੱਗ ਅਲੱਗ ਫਿਰ ਥੀਏਟਰ ਸਟਰੀਟ ਥੀਏਟਰ ਵੀ ਕੀਤਾ ਜਲੂਸ ਕੀਤਾ ਬਹੁਮਾ ਕੀਤਾ ਅਲੱਗ ਅਲੱਗ ਗਰੁੱਪਸ ਨਾਲ ਕੰਮ ਕੀਤਾ ਕੀ ਬਾਤ ਪਰ ਕਦੀ ਪ੍ਰੋਫੈਸ਼ਨ ਬਣੇਗਾ ਉਹ ਦੂਰਦਰਸ਼ਨ ਕਰਦੇ ਸੀ ਉੱਥੇ ਸਾਨੂੰ 75 ਰੁਪਏ 100 ਰੁਪਏ 150 ਰੁਪਏ ਮਿਲਦੇ ਸੀ ਉਹੀ ਬਹੁਤ ਅੱਛਾ ਲੱਗਦਾ ਉਸ ਟਾਈਮ ਦੇ ਬਿਲਕੁਲ ਬਿਲਕੁਲ ਪਰ ਉਸ ਟਾਈਮ ਕਦੀ ਸੋਚਿਆ ਨਹੀਂ ਸੀ ਕਿ ਇਹੋ ਜਿਹਾ ਪ੍ਰੋਫੈਸ਼ਨ ਹੋਏਗਾ ਕਿ ਮੈਂ ਬਿਜ਼ਨਸ ਫੈਮਲੀ ਤੋਂ ਆਉਣਾ ਮੇਰੇ ਫਾਦਰ ਮਸ਼ੀਨ ਟੂਲਸ ਦੇ ਬਿਜ਼ਨਸ ਜੀ ਪਰ ਫਿਰ ਹੌਲੀ ਹੌਲੀ ਇੱਕ ਟਾਈਮ 'ਤੇ ਮੈਨੂੰ ਲੱਗਿਆ ਕਿ ਮੈਂ ਬਿਜ਼ਨਸ ਮੈਨ ਹੈਗਾ ਨਹੀਂ ਹਾਂ ਔਰ ਇੱਧਰ ਰੁਚੀ ਵੱਧਦੀ ਗਈ ਇੱਧਰ ਸ਼ੌਕ ਵੱਧਦਾ ਗਿਆ ਅਤੇ ਕਰਦਿਆਂ ਦੀ ਕਿੰਨੀ ਸਪੋਰਟ ਰਹੀ ਉਹ ਟਾਈਮ ਦੇ ਦੌਰਾਨ ਨਹੀਂ ਸ਼ੁਰੂ 'ਚ ਤਾਂ ਥੀਏਟਰ ਉਹਨਾਂ ਨੂੰ ਲੱਗਦਾ ਸੀ ਕਿ ਠੀਕ ਹੈ ਕਰਦਾ ਹਾਂਜੀ ਲੇਕਿਨ ਜਿਸ ਲਈ ਉਹਨਾਂ ਨੂੰ ਲੱਗਿਆ ਕਿ ਕੁਝ ਜ਼ਿਆਦਾ ਹੀ ਉਹਦਾ ਥੀਏਟਰ ਵੱਲੇ ਹੋ ਰਿਹਾ ਤਦ ਸ਼ੁਰੂ 'ਚ ਮੇਰੇ ਫਾਦਰ ਸਾਹਿਬ ਉਹਨਾਂ ਨੂੰ ਲੱਗਦਾ ਸੀ ਕਿ ਸ਼ਾਇਦ ਇਹ ਮੁੰਡਾ ਮੁਸ਼ਕਿਲ 'ਚ ਹੋ ਜਾਏਗਾ ਔਰ ਮਸ਼ੀਨ ਟੂਲਸ ਦਾ ਬਿਜ਼ਨਸ ਉਹਨਾਂ ਦਾ ਬਾਰ ਬਾਰ ਕਹਿ ਰਹੇ ਸੀ ਇਹ ਬਿਜ਼ਨਸ ਸਿੱਖਣਾ ਪੈਂਦਾ ਓਕੇ ਸਿੱਖ ਲੈ ਯੂ ਹੈਵ ਟੂ ਡੀਲ ਵਿਦ ਇੰਜੀਨੀਅਰਸ ਔਰ ਇੰਜੀਨੀਅਰ ਹੋਏਗਾ ਕਿ ਆ ਕੇ ਬਹਿ ਗਏ ਔਰ ਉਹ ਆਊਟ ਆਫ ਕੰਸਰਨ ਹੁੰਦਾ ਕਿਉਂਕਿ ਇਸ ਪ੍ਰੋਫੈਸ਼ਨ 'ਚ ਤਦ ਫਿਲਮ ਤਾਂ ਸੋਚ ਵੀ ਨਹੀਂ ਰਹੇ ਸੀ ਐਗਜੈਕਟਲੀ ਦਿੱਲੀ ਥੀਏਟਰ ਹੀ ਚੱਲ ਰਿਹਾ ਸੀ ਜੀ ਔਰ ਜੇ ਫਿਲਮਾਂ ਵੀ ਕਹਿੰਦੇ ਤਾਂ ਉਹਨਾਂ ਨੂੰ ਲੱਗਦਾ ਸੀ ਕਿ ਇਨਸਿਕਿਉਰਿਟੀ ਹੈਗੀ ਹੈ ਕੁਛ ਡੈਫੀਨੇਟ ਨਹੀਂ ਹੈਗਾ ਤਾਂ ਉਹਨਾਂ ਦਾ ਬਾਰ ਬਾਰ ਇਹ ਕਹਿਣਾ ਸੀ ਕਿ ਇਹ ਬਿਜ਼ਨਸ ਸਿੱਖ ਲੈ ਹਾਂ ਬਟ ਮੈਂ ਨਾ ਤਾਂ ਬਿਜ਼ਨਸਮੈਨ ਹੈਗਾ ਸੀ ਨਾ ਹੀ ਫਿਰ ਇੱਕ ਟਾਈਮ ਦੇ ਬਾਅਦ ਮੇਰੀ ਰੁਚੀ ਸੀ ਸਹੀ ਗੱਲ ਹੈ ਔਰ ਮੈਂ ਤਦ ਵੀ ਬੰਬੇ ਪਲਾਨ ਨਹੀਂ ਕੀਤਾ ਸੀ ਮੈਂ ਤਦ ਸੋਚਦਾ ਸੀ ਦਿੱਲੀ ਥੀਏਟਰ ਔਰ ਇਹ ਸਭ ਕਰਾਂਗੇ ਓਕੇ ਬਟ ਇੱਕ ਪ੍ਰੋਸੈਸ ਨਾਲ ਕਿਸੇ ਦੋਸਤ ਨੇ ਬੋਲਿਆ ਔਰ ਮੈਂ ਬੰਬੇ ਕਿਸੇ ਇੱਕ ਪਲੇ ਨਾਲ ਗਿਆ ਸੀ ਅਤੇ ਮੈਨੂੰ ਇੱਕ ਜੋਬ ਔਫਰ ਕੀਤੀ ਗਈ ਔਰ ਉਹ ਦੋਸਤ ਨੇ ਬੋਲਿਆ ਕਿ ਭਈਆ ਤੂੰ ਇੱਕ ਵਾਰ ਮੌਕਾ ਤਾਂ ਦੇ ਆ ਕੇ ਵੇਖ ਤਾਂ ਸਹੀ ਵਾਕੇ ਸੱਚੀ ਗੱਲ ਹੈ ਕਿ ਮੈਂ ਜਿਸਲੇ ਕਿਹਾ ਜਾਂਦਾ ਸੀ ਫਿਲਮਾਂ 'ਚ ਆ ਤਾਂ ਮੈਨੂੰ ਲੱਗਦਾ ਸੀ ਕਿ ਮੈਨੂੰ ਕੋਈ ਲੰਬਾ ਚੌੜਾ ਇੱਕ ਹੈਂਡਸਮ ਜਿਹਾ ਆਦਮੀ ਹੋਣਾ ਚਾਹੀਦਾ ਅਤੇ ਪਰ ਸ਼ਾਇਦ ਡੈਸਟੀਨੀ ਰੱਬ ਡਿਸਾਈਡ ਕਰਦਾ ਹੈ ਵਾਕੇ ਜੀ ਵਾਕੇ ਔਰ ਉੱਥੇ ਪਹੁੰਚਣਾ ਸੀ ਫਿਰ ਸ਼ੁਰੂਆਤ ਹੋਈ ਔਰ ਸ਼ੁਰੂ 'ਚ ਲੱਗਦਾ ਸੀ ਬਸ ਕੁਛ ਕੰਮ ਕਰਨਾ ਹਾਂ ਸਹੀ ਗੱਲ ਜੋ ਜੋ ਕੰਮ ਮਿਲਦਾ ਗਿਆ ਬਿਲਕੁਲ ਮੈਂ ਐਕਚੁਅਲੀ ਮੈਂ ਪਹਿਲੀ ਫੀਚਰ ਫਿਲਮ ਦੀ ਜਿਹੜੀ ਸ਼ੂਟਿੰਗ ਦੇਖੀ ਜੀ ਅਸੀਂ ਇਸ ਤੋਂ ਪਹਿਲਾਂ ਸ਼ੂਟਿੰਗ ਦੇਖੀ ਜਿਹੜੀ ਮੈਂ ਪਹਿਲੀ ਜਿਹੜੀ ਫਿਲਮ ਦੇਖੀ ਸ਼ੂਟਿੰਗ ਇਸ ਤੋਂ ਪਹਿਲਾਂ ਕਦੀ ਸ਼ੂਟਿੰਗ ਵੀ ਨਹੀਂ ਵੇਖੀ ਸੀ ਸਾਡੇ ਵਾਸਤੇ ਸਿਰਫ ਦੂਰਦਰਸ਼ਨ ਅਸੀਂ ਕੈਮਰੇ ਦੇਖੇ ਸੀ ਬਿਲਕੁਲ ਅਤੇ ਉਹ ਗਾਂਧੀ ਫਿਲਮ ਸੀ ਉਹ ਵੀ ਮੇਰਾ ਨਾਂ ਕਿਸੇ ਨੇ ਸਜੈਸਟ ਕੀਤਾ ਵਾਰਡਰੋਬ ਵਿੱਚ ਡਰੈਸਮੈਨ ਦਾ ਕੰਮ ਅੱਛਾ ਜੀ ਅਤੇ ਉਹ ਮੈਂ ਆਪਣੇ ਫਾਦਰ ਨੂੰ ਬੋਲਿਆ ਸੀ ਇਹ ਲਾਸਟ ਇਹ ਮੈਨੂੰ ਕਰਨ ਦਿਉ ਇਹਦੇ ਬਾਅਦ ਮੈਂ ਫਿਰ ਨਹੀਂ ਕੁਛ ਕਰਾਂਗਾ ਫਿਰ ਮੈਂ ਵਾਪਸ ਆ ਕੇ ਇੱਥੇ ਅੱਛਾ ਜੀ ਪਰ ਉੱਥੋਂ ਮੈਂ ਜਦ ਨਿਕਲਿਆ ਫਿਰ ਵਾਪਸ ਗਿਆ ਹੀ ਫਿਰ ਵਾਪਸ ਗਿਆ ਨਹੀਂ ਇੱਕ ਔਰ ਮੇਰੀ ਸ਼ੁਰੂਆਤ ਬਹੁਤ ਵੱਡੀ ਫਿਲਮ ਤੋਂ ਹੋਈ ਵਾਕਈ ਔਰ ਬੰਬਈ ਜਿਹੜੀ ਫਿਲਮ ਅਸੀਂ ਕੀਤੀ ਉਹ ਬਜਟ ਬਹੁਤ ਛੋਟਾ ਹਾਂਜੀ ਹਾਂ ਮੈਂ ਜਾਣੇ ਵੀ 2000 ਵਿੱਚ ਪ੍ਰੋਡਕਸ਼ਨ ਅਸਿਸਟੈਂਟ ਸੀ ਪ੍ਰੋਪਸ ਔਰ ਹਰ ਡਿਪਾਰਟਮੈਂਟ 'ਚ ਕੰਮ ਕਰਨਾ ਪੈਂਦਾ ਸੀ ਸਹੀ ਗੱਲ ਹੈ ਸਹੀ ਗੱਲ ਹੈ ਫਿਰ ਸਾਈਦ ਅਖਤਰ ਮਿਰਜ਼ਾ ਸਾਹਿਬ ਨਾਲ ਕੰਮ ਕੀਤਾ ਮੋਹਨ ਜੋਸ਼ੀ ਹਾਜ਼ਰ ਹੋ ਵਿਨੋਦ ਚੋਪੜਾ ਨਾਲ ਖਾਮੋਸ਼ੀ ਤੁਸੀਂ ਵਾਕਈ ਮਤਲਬ ਜੇ ਕੰਮ ਦੀ ਲਿਸਟ ਆਪਾਂ ਸ਼ੁਰੂ ਕਰੀ ਤਾਂ ਬਹੁਤ ਉੱਘੇ ਕਲਾਕਾਰਾਂ ਨਾਲ ਕੰਮ ਕੀਤਾ ਬੜੇ ਅੱਛੇ ਲੋਕਾਂ ਨਾਲ ਜੁੜਿਆ ਹਮੇਸ਼ਾ ਸਿੱਖਣ ਨੂੰ ਮਿਲਿਆ ਔਰ ਪਰ ਇਹ ਇੱਕ ਮੈਂ ਸੋਰੀ ਇੱਥੇ ਵਿੱਚ ਪੁੱਛਣਾ ਚਾਹਾਂਗਾ ਕਿ ਕਿਹੜਾ ਇਦਾਂ ਦਾ ਕਰੈਕਟਰ ਸੀਗਾ ਮਤਲਬ ਉਦੋਂ ਤੋਂ ਲੈ ਕੇ ਜੇ ਆਪਾਂ ਕਰੀਏ ਨੁੱਕੜ ਨਾਟਕ ਤੋਂ ਲੈ ਕੇ ਨੁੱਕੜ ਤੋਂ ਲੈ ਕੇ ਹੁਣ ਇਹ ਜਨਮ ਤੁਹਾਰੇ ਲੇਖੇ ਤੱਕ ਕਿਹੜਾ ਇੱਕ ਇਦਾਂ ਦਾ ਕਰੈਕਟਰ ਹੈਗਾ ਜਿਹੜਾ ਪਵਨ ਮਲਹੋਤਰਾ ਜੀ ਦੇ ਬਹੁਤ ਕਲੋਜ਼ ਟੂ ਹਾਰਟ ਹੈ ਨਹੀਂ ਇਹ ਕਹਿਣਾ ਬੜਾ ਮੁਸ਼ਕਿਲ ਹੈ ਕਿਉਂਕਿ ਮੈਂ ਫਿਲਮਾਂ ਦੀ ਜਿਹੜੀ ਮੇਰੀ ਸ਼ੁਰੂਆਤ ਹੋਈ ਉਹ ਸਲੀਮ ਲੰਗੜੇ ਪੇ ਮਤਰੋਸ ਸੇ ਹੋਈ ਅੱਛਾ ਜੀ ਔਰ ਬੈਕ ਟੂ ਬੈਕ ਬਾਗ ਬਹਾਦੁਰ ਕੀਤੀ ਹਾਂਜੀ ਇਹ ਦੋਨੋਂ ਬਿਲਕੁਲ ਅਲਾਇਦਾ ਕਰੈਕਟਰ ਸੀ ਦੋਨਾਂ ਨੂੰ ਸੇਮ ਈਅਰ ਵਿੱਚ ਨੈਸ਼ਨਲ ਅਵਾਰਡ ਮਿਲਿਆ ਸੀ ਬਾਗ ਬਹਾਦੁਰ ਨੂੰ ਬੈਸਟ ਫਿਲਮ ਔਰ ਸਲੀਮ ਨਗਰ ਨੂੰ ਪੇਮਤਰੋ ਨੂੰ ਬੈਸਟ ਹਿੰਦੀ ਫਿਲਮ ਨੈਸ਼ਨਲ ਅਵਾਰਡ ਮਿਲਿਆ ਸੀ ਮੈਨੂੰ ਨੈਸ਼ਨਲ ਅਵਾਰਡ ਬਾਅਦ ਵਿੱਚ ਮਿਲਿਆ ਉਸ ਤੋਂ ਬਾਅਦ ਅਗਰ ਮੈਂ ਅੰਡਰਵਰਲਡ 4-5 ਵਾਰੀ ਕੀਤਾ ਇੱਕ ਟਾਈਮ ਤਾਂ ਲੋਕ ਕਹਿਣ ਲੱਗ ਪਏ ਸੀ ਕਿ ਅੰਡਰਵਰਲਡ ਕਰਦਾ ਨੁੱਕੜੀ ਤਾਂ ਮੈਨੂੰ ਯਾਦ ਹੈ ਬੰਬਈਆ ਸਿੱਖਣ 'ਚ ਥੋੜ੍ਹਾ ਟਾਈਮ ਲੱਗਿਆ ਸੀ ਸਾਨੂੰ ਅੱਛਾ ਜੀ ਪਰ ਉਹ ਜਿੰਨੀਆਂ ਕਹਾਣੀਆਂ ਹੈਗੀਆਂ ਨਾ ਉਸ ਕੋਸ਼ਿਸ਼ ਇਹੀ ਰਹੀ ਹੈ ਕਿ ਜੋ ਕੈਰੈਕਟਰ ਹੈਗਾ ਉਹੀ ਨਿਭਾਓ ਉਹ ਸਭ ਅਲੱਗ ਲੱਗੇ ਸੋ ਅਪਰੋਚ ਸ਼ੁਰੂ ਤੋਂ ਸ਼ਾਇਦ ਥੀਏਟਰ ਦੀ ਇੱਕ ਟ੍ਰੇਨਿੰਗ ਸੀ ਜਾਂ ਐਸੇ ਲੋਕਾਂ ਨਾਲ ਰਹੇ ਜਿਨ੍ਹਾਂ ਨੇ ਹਮੇਸ਼ਾ ਇਹ ਸਿਖਾਇਆ ਸੀ ਜਿਹੜੀ ਸ਼ੁਰੂ 'ਚ ਫਿਲਮਾਂ 'ਚ ਪ੍ਰੋਡਕਸ਼ਨ ਵੀ ਕੀਤੀ ਉਹਦੇ 'ਚ ਨਸੀਰੁਦੀਨ ਸ਼ਾਹ ਓਮਪੁਰੀ ਜੇ ਐਕਟਰਸ ਕੰਮ ਕਰ ਰਹੇ ਸੀ ਅਤੇ ਮੇਰੇ ਖਿਆਲ ਨਾਲ ਕਿਤੇ ਹੀ ਨਾ ਕਿਤੇ ਕੰਮ ਨੂੰ ਲੈ ਕੇ ਉਹ ਜਿਹੀ ਜਿਹੜੀ ਅਪਰੋਚ ਹੁੰਦੀ ਹੈ ਜਿਹੜਾ ਤੁਸੀਂ ਜਿਸ ਤਰ੍ਹਾਂ ਕੰਮ ਕਰਨਾ ਚਾਹੁੰਦੇ ਹੋ ਉਹ ਵੀ ਇੰਸਪੀਰੇਸ਼ਨ ਰਹੀ ਹੋਗੀ ਮਨ ਹਮੇਸ਼ਾ ਕੀਤਾ ਕਿ ਕੰਮ ਪੂਰੀ ਇਮਾਨਦਾਰੀ ਨਾਲ ਕਰੋ ਪੂਰੀ ਮਿਹਨਤ ਨਾਲ ਕਰੋ
ਵਾਕਿਆ ਔਰ ਉਹਨਾਂ ਨੂੰ ਵੇਖ ਕੇ ਵੀ ਲੱਗਦਾ ਸੀ ਕਿ ਕੈਰੈਕਟਰ ਐਗਜ਼ੈਕਟਲੀ ਬਟ ਫਿਰ ਵੀ ਇਹ ਸਾਰੀ ਚੀਜ਼ਾਂ ਦੇ ਵਿੱਚ ਇੱਕ ਅੱਧਾ ਕੋਈ ਕੈਰੈਕਟਰ ਇੱਦਾਂ ਦਾ ਜਿਹੜਾ ਕਿ ਬਹੁਤ ਕਲੋਜ਼ ਜਿੰਨੇ ਵੀ ਕੀਤੇ ਮੈਂ ਕਿੰਝ ਕਹਦਾ ਕਿ ਸਲੀਮ ਨੰਗਣਾ ਬਾਗ ਬਹਾਦੁਰ ਤੋਂ ਹਲਕਾ ਸੀ ਜਾਂ ਬਾਗ ਬਹਾਦੁਰ ਤੋਂ ਬਲੈਕ ਫਰਾਈਡੇ ਦਾ ਕੈਰੈਕਟਰ ਹਲਕਾ ਸੀ ਜਾਂ ਰੋਡ ਟੂ ਸੰਗਮ ਹਲਕਾ ਸੀ ਜਾਂ ਬ੍ਰਦਰਸ ਇਨ ਟ੍ਰਬਲ ਜਿਹੜੀ ਅੰਗਰੇਜ਼ੀ ਇੱਕ ਫਿਲਮ ਮੈਂ ਲੀਡ ਕੀਤਾ ਬ੍ਰਿਟਿਸ਼ ਫਿਲਮ ਕੀ ਹੁੰਦੇ ਚ ਇਲੀਗਲ ਇਮੀਗ੍ਰੈਂਟਸ ਦਾ ਜਿਹੜਾ ਕੈਰੈਕਟਰ ਹੈ ਉਹ ਕਿਸੇ ਤਰ੍ਹਾਂ ਮੈਂ ਹਰ ਇੱਕ ਜਿਹੜਾ ਕਿਰਦਾਰ ਕੀਤਾ ਪੂਰਾ ਮਜ਼ਾ ਲਿੱਤਾ ਔਰ ਇਹ ਸੱਚੀ ਗੱਲ ਹੈ ਕਿ ਮੈਂ ਇਹ ਨਹੀਂ ਕਹਿ ਸਕਦਾ ਕਿ ਇਹ ਮੇਰਾ ਫੇਵਰੇਟ ਹੈਗਾ ਔਰ ਇਹ ਨਹੀਂ ਵਾਕਿਆ ਜੀ ਵਾਕਿਆ ਅਸੀਂ ਕਹਿ ਸਕਦੇ ਹਾਂ ਵੀ ਹਰੇਕ ਦੇ ਕਰੀਬੀ ਹੁੰਦੇ ਨੇ ਜਿਹੜੇ ਇੱਦਾਂ ਦੇ ਹੁੰਦੇ ਨੇ ਪੁੱਤਾਂ ਵਾਂਗੂ ਹੁੰਦੇ ਨੇ ਜੀ ਇੱਕ ਇੱਕ ਕਰੈਕਟਰ ਨੂੰ ਆਪਾਂ ਸਾਰੇ ਬੱਚੇ ਜਿੱਦਾਂ ਸਿੰਗਰ ਨੂੰ ਕਹਿੰਦੇ ਨੇ ਵੀ ਸਾਰੇ ਗਾਣੇ ਹੀ ਪੈ ਰਹੇ ਹੁੰਦੇ ਨੇ ਅੱਛਾ ਪੰਜਾਬੀ ਸਿਨੇਮਾ ਦੀ ਹੁਣ ਜੇ ਆਪਾਂ ਗੱਲ ਕਰੀਏ ਤਾਂ ਪੰਜਾਬੀ ਸਿਨੇਮਾ ਪਵਨ ਰਾਜ ਮਲਹੋਤਰਾ ਜੀ ਲਈ ਕੀ ਮਾਇਨੇ ਰੱਖਦਾ ਬਹੁਤ ਮਾਇਨੇ ਰੱਖਦਾ ਮੈਂ ਪੰਜਾਬੀ ਹੈਗਾ ਜੀ ਔਰ ਇੰਨੇ ਸਾਲ ਤੋਂ ਅਸੀਂ ਓਬਵੀਅਸਲੀ ਅਸੀਂ ਹਿੰਦੀ ਥੀਏਟਰ ਕਰਦੇ ਸੀ ਹਿੰਦੀ ਫਿਲਮਾਂ 'ਚ ਬੰਬਈ ਜੋ ਕਿ ਬਹੁਤ ਓਬਵੀਅਸ ਹੁੰਦਾ ਜਾਣਾ ਜੀ ਜੀ ਵਿੱਚ ਮੈਨੂੰ ਕੁਛ ਤੇਲਗੂ ਫਿਲਮਾਂ ਮਿਲੀਆਂ ਮੈਨੂੰ ਉੱਥੇ ਆਂਧਰਾ 'ਚ ਮੈਨੂੰ ਸਾਊਥ ਦਾ ਫਿਲਮਫੇਅਰ ਮਿਲਿਆ ਆਈ ਤੇ ਫਿਲਮ ਕਰਕੇ ਮੈਨੂੰ ਉੱਥੋਂ ਦਾ ਨੰਦੀ ਅਵਾਰਡ ਮਿਲਿਆ ਜਿਹੜੀ ਭਾਸ਼ਾ ਮੈਂ ਜਾਣਦਾ ਵੀ ਨਹੀਂ ਸਹੀ ਗੱਲ ਔਰ ਦੋ ਚਾਰ ਫਿਲਮਾਂ ਦੇ ਬਾਅਦ ਮੈਨੂੰ ਲੱਗਿਆ ਕਿ ਮੈਂ ਭਾਸ਼ਾ ਨਹੀਂ ਜਾਣਦਾ ਅਤੇ ਮੈਂ ਕਿਉਂ ਕੀਤੀ ਜਾਂਦਾ ਔਰ ਕੁਛ ਸਬਜੈਕਟ ਵੀ ਬਹੁਤ ਐਕਸਾਈਟਿੰਗ ਹੈਗੇ ਨਹੀਂ ਸੀ ਐਜ਼ ਐਨ ਐਕਟਰ ਔਰ ਮੇਰੇ ਮਨ 'ਚ ਕਿਤੇ ਦਿਲ ਦੇ ਕੋਨੇ 'ਚ ਹਮੇਸ਼ਾ ਸੀ ਕਿ ਕਦੀ ਕੋਈ ਪੰਜਾਬੀ ਫਿਲਮ ਆਏ ਕਿਉਂਕਿ ਮੈਂ ਪੰਜਾਬੀ ਹਾਂ ਅਤੇ ਪੰਜਾਬੀ ਫਿਲਮ ਕਰਨਾ ਚਾਹਾਂਗਾ ਓਕੇ ਔਰ ਐਸਾ ਨਹੀਂ ਕਿ ਮੈਂ ਬਹੁਤ ਪੰਜਾਬੀ ਫਿਲਮਾਂ ਵੇਖੀਆਂ ਸੀ ਔਰ ਉਹਦੇ 'ਚ ਬਚਪਨ 'ਚ ਪੇਰੈਂਟਸ ਨਾਲ ਜਾ ਕੇ ਮਾਂ ਬਾਪ ਨਾਲ ਜਾ ਕੇ ਕੁਛ ਇੱਕ ਅੱਧੀ ਫਿਲਮਾਂ ਦੇਖੀਆਂ ਸੀ ਜਿਹੜੀ ਯਾਦ ਸੀ ਚੰਨ ਪਰਦੇਸੀ ਮੈਨੂੰ ਯਾਦ ਸੀ ਉਹ ਦੇਖੀ ਸੀ ਅਤੇ ਹਮੇਸ਼ਾ ਮਨ ਸੀ ਕਿ ਕੋਈ ਚੰਗੀ ਪੰਜਾਬੀ ਫਿਲਮ ਮਿਲੇ ਕੋਈ ਚੰਗਾ ਰੋਲ ਮਿਲੇ ਪਰ ਜਿਸਲੇ ਟਾਈਮ ਆਉਂਦਾ ਉਹੀ ਹੁੰਦਾ ਔਰ ਰੱਬ ਨੇ ਐਸਾ ਕੀਤਾ ਕਿ ਜਿਵੇਂ ਹਿੰਦੀ ਫਿਲਮਾਂ 'ਚ ਸਲੀਮ ਲੰਗੜੇ ਮੈਂ ਮਤਰੋ ਬਾਗ ਬਹਾਦੁਰ ਦੋਨੋਂ ਇੱਕਦਮ ਅਲਾਇਦਾ ਰੋਲ ਐਨ ਜੀ ਸਲੀਮ ਲੰਗੜੇ ਉਹ ਉੱਥੇ ਬਾਗ ਬਹਾਦੁਰ ਸੀ ਇੱਥੇ 1984 ਔਰ ਹੁਣ ਐ ਜਨਮ ਤੁਮਾਰੇ ਲੇਖੇ ਅੱਛਾ ਤੁਹਾਡਾ ਇਹ ਪਿਆਰ ਤਾਂ ਜਿੱਦਾਂ ਤੁਸੀਂ ਦੱਸਿਆ ਹੈਗਾ ਕਿ ਮੈਂ ਚਾਹੁੰਦਾ ਸੀਗਾ ਕਰਨਾ ਕਿ ਨਹੀਂ ਬਟ 30 ਸਾਲਾਂ ਦਾ ਤਕਰੀਬਨ ਤੁਹਾਡਾ ਲੰਬਾ ਸਫ਼ਰ ਹੈਗਾ ਬਾਲੀਵੁੱਡ ਇੰਡਸਟਰੀ ਦੇ ਵਿੱਚ ਤੁਸੀਂ ਇੰਟਰਨੈਸ਼ਨਲ ਅਵਾਰਡਸ ਜਿੱਤੇ ਹੈਗੇ ਨੇ ਨਾਮ ਖੱਟਣ ਦੇ ਨਾਲ ਨਾਲ ਅਤੇ ਬਹੁਤ ਬਾ ਕਮਾਲ ਜਿਹੜੇ ਤੁਸੀਂ ਕਿਰਦਾਰ ਕਰਕੇ ਨੈਸ਼ਨਲ ਅਵਾਰਡ ਤੱਕ ਜਿੱਤੇ ਹੈਗੇ ਨੇ ਇੰਟਰਨੈਸ਼ਨਲ ਲੈਵਲ ਦੇ ਹੋਰ ਬਾਕੀ ਅਵਾਰਡ ਜਿੱਤੇ ਨੇ ਪੰਜਾਬੀ ਸਿਨੇਮਾ ਵੱਲ ਜਿਹੜਾ ਇੱਕ ਕਹਿੰਦਾ ਨਾ ਹੁੱਕ ਪੈ ਗਈ ਸੀਗੀ ਆਹ ਸਿਨੇਮਾ ਦੇਖਿਆ ਵੀ ਯਾਰ ਸਿਨੇਮਾ ਹੁਣ ਕਰ ਰਿਹਾ ਵਧੀਆ ਰਾਈਜ਼ ਕਰ ਰਿਹਾ ਅਤੇ ਹੁਣ ਮੈਨੂੰ ਵੀ ਆਉਣਾ ਚਾਹੀਦਾ ਇੱਧਰ ਉਹ ਕਿਹੜੀ ਮੂਮੈਂਟ ਸੀ ਮੈਨੂੰ ਆਉਣਾ ਚਾਹੀਦਾ ਮੈਂ ਖੁਦ ਪਲੈਨ ਨਹੀਂ ਕੀਤਾ ਇਹ ਤਾਂ ਸਾਹਮਣੇ ਆ ਗਿਆ ਅੱਛਾ ਉਹ ਟਾਈਮ ਸ਼ਾਇਦ ਡੈਸਟੀਨੀ ਹੁਣ ਹੀ ਆਈ ਟਾਈਮ ਹੈਗਾ ਸੀ ਮੈਂ ਕੁਛ ਹਿੰਦੀ ਫਿਲਮਾਂ ਵਿੱਚ ਮੈਂ ਕੁਛ ਪਲੈਨ ਨਹੀਂ ਕਰ ਪਾਇਆ ਜੋ ਜੋ ਮਿਲਦਾ ਗਿਆ ਜਿੱਥੇ ਟਾਈਡ ਲੈਂਦੀ ਗਈ ਲਹਿਰ ਜਿੱਥੇ ਲੈਂਦੀ ਗਈ ਅਸੀਂ ਤਾਂ ਫਲੋਟ ਕਰਦੇ ਗਏ ਮਤਲਬ ਸਵਾਦ ਹੈ ਬਿਨਾਂ ਪਲੈਨਿੰਗ ਤੋਂ ਚੱਲਣ ਦਾ ਨਹੀਂ ਪਲੈਨ ਅਸੀਂ ਮੈਂ ਤਾਂ ਪ੍ਰੋਡਿਊਸਰ ਡਾਇਰੈਕਟਰ ਨਹੀਂ ਹੈਗਾ ਹਾਂਜੀ ਹਾਂ ਜੋ ਸਾਹਮਣੇ ਆਏਗਾ ਉਹਦੇ 'ਚੋਂ ਮੈਂ ਸਿਰਫ ਪਲੈਨਿੰਗ ਮੈਂ ਇਹੀ ਕਰ ਸਕਦਾ ਕਿ ਮੈਨੂੰ ਅਗਰ 10 ਚੀਜ਼ਾਂ ਦਿੱਤੀਆਂ ਗਈਆਂ ਉਹਦੇ 'ਚੋਂ ਮੈਂ ਕੋਸ਼ਿਸ਼ ਕਰਾਂ ਕਿ ਜਿਹੜਾ ਬੈਸਟ ਪੋਸੀਬਲ ਹੈ ਜੋ ਮੇਰਾ ਇੰਸਟਿੰਕਟ ਕਹਿੰਦਾ ਜੀ ਇਹ ਨਹੀਂ ਕਿ ਮੈਂ ਹਰ ਵਾਰ ਸਹੀ ਹੋਊਂਗਾ ਪਰ ਮੇਰਾ ਇੰਸਟਿੰਕਟ ਮੇਰੇ ਅੰਦਰ ਦੀ ਆਵਾਜ਼ ਜਿਹੜੀ ਕਹਿੰਦੀ ਹੈ ਕਿ ਇਹ ਕੰਮ ਸਹੀ ਹੈ ਮੈਨੂੰ ਕਰਨਾ ਚਾਹੀਦਾ ਉਹ ਪਲੈਨਿੰਗ ਮੈਂ ਸਿਰਫ ਕਰ ਸਕਦਾ ਜਾਂ ਜਿਹੜੇ ਜਿਹੜੇ ਕੰਮ ਮਿਲ ਜਾਏ ਤਾਂ ਆਪਣੀ ਪੂਰੀ ਮਿਹਨਤ ਨਾਲ ਕਰ ਸਕਦਾ ਆਪਣਾ ਕਰਮ ਕਰਾਂ ਬਾਕੀ ਮੈਂ ਪ੍ਰੋਡਿਊਸਰ ਡਾਇਰੈਕਟਰ ਨਹੀਂ ਹਾਂ ਮੈਂ ਕੋਈ ਕਿਸੇ ਕੋਲੋਂ ਸਕ੍ਰਿਪਟ ਨਹੀਂ ਲਿਖਵਾ ਰਿਹਾ ਮੈਂ ਕਿਸੇ ਕੋਲੋਂ ਇਹ ਨਹੀਂ ਕਹਿ ਰਿਹਾ ਕਿ ਕਿਰਦਾਰ ਬਲਕਿ ਮੇਰੇ ਕੋਲ ਕਦੇ ਕੋਈ ਆਉਂਦੇ ਨਹੀਂ ਕਹਿੰਦੇ ਜੀ ਫਲਾਂ ਫਿਲਮ ਹੈ ਜੋ ਆਪਣੇ ਕਿਹਾ ਹਮਾਰੀ ਫਿਲਮ ਨਹੀਂ ਆਪਕੀ ਫਿਲਮ ਤੋਂ ਅਲੱਗ ਹੈ ਬਾਈ ਐਗਜੈਕਟਲੀ ਹਮਾਰੀ ਫਿਲਮ ਵੀ ਵੈਸਾ ਕਰ ਦੋ ਕੈਸਾ ਕਰ ਦੋ ਉਹ ਫਿਲਮ ਅਲੱਗ ਥੀ ਉਹ ਕਿਰਦਾਰ ਅਲੱਗ ਥਾ ਔਰ ਉਹ ਤਾਂ ਹੋ ਗਿਆ ਬਿਲਕੁਲ ਤੁਸੀਂ ਕਿਹਾ ਨਾ ਕਿਹੜੀ ਫਿਲਮ ਜਿਹੜਾ ਹੋ ਗਿਆ ਉਹ ਤਾਂ ਹੋ ਗਿਆ ਹੁਣ ਤਾਂ ਨਵਾਂ ਕਰਨਾ ਔਰ ਇਹ ਪ੍ਰੋਫੈਸ਼ਨ ਜਿਹੜਾ ਹੈਗਾ ਇਸ ਕੰਮ ਵਿੱਚ ਇਹੀ ਹੋਏ ਕਿ ਜੋ ਤੁਸੀਂ ਕਰ ਲਿੱਤਾ ਹੁਣ ਵਾਪਸ ਜੋ ਵੀ ਕੰਮ ਕਰਦੇ ਹੋ ਜਦ ਤੱਕ ਤੁਸੀਂ ਜ਼ਮੀਨ ਨਾਲ ਲੋਕਾਂ ਨਾਲ ਜੁੜੇ ਹੋ ਤਾਂ ਤੁਹਾਨੂੰ ਇਨਪੁਟ ਮਿਲਦਾ ਰਹੇਗਾ ਅੱਖ ਔਰ ਕੰਨ ਖੁੱਲ੍ਹੇ ਰੱਖੋ ਸਭ ਨਾਲ ਮਿਲਦਾ ਜਿਸ ਦਿਨ ਤੁਸੀਂ ਅੰਦਰ ਚਲੇ ਗਏ ਕਮਰੇ 'ਚ ਬੰਦ ਹੋ ਗਏ ਡਿੱਬੀ ਤੁਹਾਡਾ ਇਨਪੁੱਟ ਆਉਣਾ ਬੰਦ ਹੋ ਗਿਆ ਉਦਨ ਸਭ ਬੰਦ ਆ ਗਏ 2014 ਦੇ ਵਿੱਚ ਦਰਵਾਜ਼ੇ ਖੁੱਲ੍ਹੇ ਨੇ ਜੀ ਪੰਜਾਬੀ ਇੰਡਸਟਰੀ ਦੇ ਕਹਿ ਸਕਦੇ ਹਾਂ ਪੰਜਾਬੀ ਫਿਲਮ ਇੰਡਸਟਰੀ ਦੇ ਤੁਸੀਂ ਦਸਤਕ ਦਿੱਤਾ ਪੰਜਾਬ 1984 ਮੂਵੀ ਦੇ ਨਾਲ ਅਤੇ 2015 ਦੇ ਵਿੱਚ ਹੁਣ ਜੇ ਆਪਾਂ ਗੱਲ ਕਰੀਏ ਤਾਂ ਪਹਿਲੀ ਫਿਲਮ ਤੁਹਾਡੀ ਰਿਲੀਜ਼ ਹੋ ਰਹੀ ਹੈ ਇਹ ਜਨਮ ਤੁਮਾਰੇ ਲੇਖੇ ਕਿ ਨਹੀਂ ਤਾਂ ਜਿਹੜੀ ਇਹ ਪੰਜਾਬ 1984 ਦੀ ਆਪਾਂ ਗੱਲ ਕਰੀਏ ਉਦੋਂ ਤੁਸੀਂ ਤੁਹਾਨੂੰ ਕਿਹਨੇ ਅਪਰੋਚ ਕੀਤਾ ਉਦੋਂ ਮਤਲਬ ਕਿ ਇਹ ਫਿਲਮ ਦੇ ਲਈ ਮੈਂ
ਕਿਉਂਕਿ ਤੁਸੀਂ ਤਾਂ ਚਾਹੁੰਦੇ ਸੀਗੇ ਬਟ ਤੁਹਾਨੂੰ ਅਪਰੋਚ ਕੀਤਾ ਜਾਂ ਕਿੱਦਾਂ? ਮੈਂ ਦਸਤਕ ਨਹੀਂ ਦਿੱਤਾ, ਮੇਰਾ ਹੱਥ ਫੜ ਕੇ ਮੈਨੂੰ ਅੰਦਰ ਲੈ ਆਏ ਔਰ ਮੈਂ ਤਾਂ ਵੇਟ ਕਰ ਰਿਹਾ ਸੀ ਕੋਈ ਹੱਥ ਫੜੇ। ਹਾਂਜੀ, ਚਾਂਸ ਦੀ ਗੱਲ ਹੈ, ਬੰਬੇ 'ਚ ਇੱਕ ਥੀਏਟਰ ਹੈਗਾ ਪ੍ਰਿਥਵੀ ਥੀਏਟਰ। ਹਾਂਜੀ, ਅਸੀਂ ਇੱਕ ਦਿਨ ਘੁੰਮਦੇ ਘੁੰਮਾਉਂਦੇ ਉੱਥੇ ਪਹੁੰਚੇ, ਇੱਕ ਫਿਲਮ ਵੇਖੀ ਸੀ, ਫਿਰ ਸੋਚਿਆ ਚਲੋ ਉੱਥੇ ਕਿਸੇ ਦੋਸਤ ਹੈਗੇ, ਉੱਥੇ ਚਲੇ ਗਏ। ਉੱਥੇ ਅਨੁਰਾਗ ਬੈਠੇ ਸੀ, ਅਨੁਰਾਗ ਸਿੰਘ, ਮੈਂ ਉਹਨਾਂ ਨੂੰ ਪਹਿਲੇ ਕਦੀ ਮਿਲਿਆ ਨਹੀਂ ਸੀ ਜੀ, ਔਰ ਜਿਨ੍ਹਾਂ ਨਾਲ ਮੈਂ ਸੀ ਉਹ ਉਹਨਾਂ ਨੂੰ ਜਾਣਦੇ ਸੀ। ਓਕੇ, ਅਤੇ ਉੱਥੇ ਜਿਵੇਂ ਬੈਠੇ 5 ਮਿੰਟ ਬਾਅਦ ਗੱਲ ਕਰਦੇ, ਉਹਨਾਂ ਨੇ ਬੋਲਿਆ ਜੀ ਕਿ ਤੁਹਾਨੂੰ ਐਕਚੁਲੀ ਹੁਣੇ ਫੋਨ ਆਉਣ ਵਾਲਾ ਸੀ, ਤੁਹਾਡੀ ਗੱਲ ਹੋ ਰਹੀ ਸੀ, ਇੱਕ ਫਿਲਮ ਹੈਗੀ ਹੈ ਉਹਦੇ ਵਾਸਤੇ ਤੁਹਾਨੂੰ, ਪੰਜਾਬੀ ਫਿਲਮ ਹੈ ਉਹਦੇ ਵਾਸਤੇ ਫੋਨ ਆਏਗਾ, ਔਰ ਐਕਚੁਲੀ ਉੱਥੇ ਬੈਠੇ ਬੈਠੇ 5 ਮਿੰਟ ਫੋਨ ਆਇਆ। ਅੱਛਾ ਜੀ, ਔਰ ਸ਼ਾਇਦ ਉਹਨਾਂ ਨੇ ਆਪਣੇ ਪ੍ਰੋਡਕਸ਼ਨ ਆਫਿਸ ਨੂੰ ਬੋਲਿਆ ਹੋਏਗਾ। ਵਾਜੀ ਵਾ। ਫਿਰ ਉਹਨਾਂ ਨੇ ਦੱਸਿਆ ਕਿ ਮੈਂ ਇੱਕ ਫਿਲਮ ਮੈਨੇਜ ਕਰ ਰਿਹਾ। ਓਕੇ, ਅਤੇ ਮੈਂ ਉਹਨਾਂ ਨੂੰ ਬੋਲਿਆ ਜੀ ਕਿ ਮੈਂ ਕਹਾਣੀ ਸੁਣਨਾ ਚਾਹਾਂਗਾ ਔਰ ਕਿਰਦਾਰ ਜਾਣਨਾ ਚਾਹਾਂਗਾ। ਵਾਜੀ, ਅਤੇ ਉਹਨਾਂ ਨੇ ਮੈਨੂੰ ਐਕਚੁਲੀ ਉਸ ਦਿਨ ਤਾਂ ਨਹੀਂ, ਹਾਂਜੀ ਹਾਂ, ਫਿਰ ਅਸੀਂ ਇੱਕ ਦਿਨ ਮਿਲੇ ਕਿਸ ਜਗ੍ਹਾ, ਅਤੇ ਉਹਨਾਂ ਮੈਨੂੰ ਸੁਣਾਇਆ ਅਤੇ ਮੈਂ ਕਿਹਾ ਤਾਂ ਜ਼ਰੂਰ ਕਰਨਾ ਚਾਹਾਂਗਾ। ਵਾਕਈ, ਔਰ ਉੱਥੋਂ ਕਹਾਣੀ ਸ਼ੁਰੂ ਹੋ ਗਈ, ਅਤੇ ਰੱਬ ਕਰਦਾ ਜੀ ਜੋ ਤੁਹਾਡੇ ਹਿੱਸੇ 'ਚ ਉਹ ਤੁਹਾਨੂੰ ਮਿਲਣਾ। ਸਹੀ ਗੱਲ ਹੈ ਜੀ, ਵਾਕਈ ਜੀ, ਵਾਕਈ। ਅਤੇ ਪਵਨ ਜੀ, ਜਦੋਂ ਤੁਸੀਂ ਪੰਜਾਬ 1984 ਮੂਵੀ ਕੀਤੀ ਹੈਗੀ ਆ, ਉਹਦੀ ਸਕਸੈਸ ਤਾਂ ਆਪਾਂ ਸਾਰਿਆਂ ਨੇ ਵੇਖੀ ਹੈਗੀ ਆ ਕਿ ਕਿੰਨੀ ਸਰਾਹੀ ਗਈ ਹੈ ਸਾਰਿਆਂ ਵੱਲੋਂ, ਉਦੋਂ ਤੁਹਾਡੀ ਇੱਕ ਪੰਜਾਬੀ ਫਿਲਮਾਂ ਦੇ ਪ੍ਰਤੀ ਆਡੀਅੰਸ ਬਣਨੀ ਸ਼ੁਰੂ ਹੋ ਗਈ, ਅਤੇ ਹੁਣ ਜਦੋਂ ਇਹ ਜਨਮ ਤੁਮਾਰੇ ਲੇਖੇ ਦੀ ਪ੍ਰਮੋਸ਼ਨ ਚੱਲਦੀ ਪਈ ਸੀਗੀ, ਅਤੇ ਉਦੋਂ ਫਿਰ ਤੁਹਾਨੂੰ ਕਿਹੋ ਜਿਹਾ ਰਿਸਪੋਂਸ ਮਿਲ ਰਿਹਾ ਆਡੀਅੰਸ ਦੇ ਵੱਲੋਂ? ਬਹੁਤ ਅੱਛਾ, ਮੈਂ ਬਹੁਤ ਖੁਸ਼ ਹਾਂ। ਮੈਂ ਸ਼ਹਿਰ ਟੂ ਸ਼ਹਿਰ ਗਿਆ, ਚੰਡੀਗੜ੍ਹ ਤੋਂ ਅਸੀਂ ਡਰਾਈਵ ਕਰਕੇ ਅੰਮ੍ਰਿਤਸਰ ਗਏ ਜੀ, ਅੰਮ੍ਰਿਤਸਰ ਤੋਂ ਅਸੀਂ ਜਲੰਧਰ ਗਏ, ਜਲੰਧਰ ਤੋਂ ਲੁਧਿਆਣਾ, ਪਟਿਆਲਾ, ਔਰ ਜਿੱਥੇ ਵੀ ਗਿਆ ਲੋਕ ਬੜੇ ਪਿਆਰ ਨਾਲ ਮਿਲੇ, ਔਰ ਪੰਜਾਬ ਤਾਂ ਵੈਸੇ ਹੀ ਪੰਜਾਬੀ ਬੜੇ ਪਿਆਰ ਨਾਲ ਵੈਸੇ ਹੀ ਮਿਲਦੇ ਨੇ। ਸਹੀ ਗੱਲ। ਔਰ 1984 ਤੋਂ ਬਾਅਦ ਤਾਂ ਜਿਹੜੇ ਦਹੀਂ ਵੀ ਜਾਂਦੇ ਸੀ ਉਹ ਵੀ ਕਾਫੀ ਸਾਰੇ ਲੋਕ ਜਾਣੇ ਲੱਗ ਪਏ। ਬਿਲਕੁਲ ਬਿਲਕੁਲ। ਔਰ ਬੜਾ ਚੰਗਾ ਲੱਗਦਾ ਜਿਸਲੇ ਤੁਹਾਡੇ ਕੰਮ ਦੀ ਕੋਈ ਤਾਰੀਫ ਕਰਦਾ ਹੈ, ਔਰ ਪੰਜਾਬ ਐਸੀ ਸੀ ਜਗ੍ਹਾ ਕਿ ਵੈਸੇ ਵੀ ਤੁਸੀਂ ਇੱਥੇ ਤਾਂ ਰਸਤਾ ਪੁੱਛੋ ਤਾਂ ਤੁਹਾਨੂੰ ਚਾਹ ਲੱਸੀ ਪਿਆਉਂਦੇ। ਸਹੀ ਗੱਲ ਹੈ, ਸਹੀ ਗੱਲ ਹੈ। ਜੇ ਕੰਮ ਜਾਂਦੇ ਨੇ ਤਾਂ ਬੜੇ ਪਿਆਰ ਨਾਲ ਸਭ ਮਿਲਦੇ ਨੇ। ਵਾਕਈ ਜੀ। ਔਰ ਕੋਈ ਵੀ ਆਰਟਿਸਟ ਜਿਹੜਾ ਹੈਗਾ ਜੀ, ਅਸੀਂ ਸਾਡਾ ਜੋ ਅਸੀਂ ਕੰਮ ਕਰਦੇ ਹਾਂ, ਜਿਹੜੀ ਉਹਦੀ ਤਾਰੀਫ ਹੁੰਦੀ ਹੈ, ਉਹ ਕੋਈ ਵੀ ਆਰਟਿਸਟ ਤਾਰੀਫ ਦਾ ਭੁੱਖਾ ਹੈ। ਅਸੀਂ ਚਾਹੁੰਦੇ ਹਾਂ ਜੋ ਵੀ ਅਸੀਂ ਕੰਮ ਕੀਤਾ ਹੈ 100 ਕਰੋੜ ਲੋਕ ਦੇਖਣ। ਵਾਜੀ। ਔਰ ਮੈਂ ਝੂਠ ਬੋਲਾਂਗਾ ਕਿ ਜਿਲੇ ਮੇਰੇ ਕੰਮ ਦੀ ਤਾਰੀਫ ਹੁੰਦੀ ਮੈਨੂੰ ਚੰਗਾ ਨਹੀਂ ਲੱਗਦਾ। ਕਈ ਵਾਰ ਤਾਂ ਜਿਲੇ ਬਹੁਤ ਤਾਰੀਫ ਹੁੰਦੀ ਤਾਂ ਘਰ ਜਾ ਕੇ ਤੁਸੀਂ, ਮੈਂ ਜਿਸੇ ਇੱਕ ਦਿਨ ਕਿਸੇ ਨੇ ਮੈਂ ਕੁਛ ਕੰਮ ਕੀਤਾ ਸੀ, ਅਤੇ ਸਾਡੇ ਬਹੁਤ ਵੱਡੇ ਡਾਇਰੈਕਟਰ ਰਾਈਟਰ ਹੈਗੇ ਨੇ, ਉਹਨਾਂ ਨੇ ਇੱਕ ਦਿਨ ਮੇਰੇ ਕੰਮ ਦੀ ਫੋਨ 'ਤੇ ਗੱਲ ਕੀਤੀ, ਬਹੁਤ ਤਾਰੀਫ ਕੀਤੀ। ਮੈਂ ਆਪਣੇ ਦੋਸਤ ਨੂੰ ਬੋਲਿਆ ਬਈ ਯਾਰ, ਇੱਕ ਤਾਂ ਰਾਤੀ ਨੀਂਦ ਨਹੀਂ ਆਈ ਔਰ ਉਸਦੀ ਮੇਰੀ ਛਾਤੀ ਸੀਲਿੰਗ ਨੂੰ ਲੱਗ ਰਹੀ ਸੀ ਛਾਤੀ। ਕੀ ਬਾਤ ਹੈ ਜੀ, ਕੀ ਚੰਗਾ ਲੱਗਦਾ ਹੈ। ਔਰ ਜਿਹੋ ਜਿਹਾ ਪੰਜਾਬ ਵਿੱਚ ਪਿਆਰ ਮਿਲ ਰਿਹਾ ਹੈ, ਵਾਕਿਆ ਜੀ ਵਾਕਿਆ, ਬਹੁਤ 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 ਖੁਸ਼ੀ ਹੋ ਰਹੀ। ਕੀ ਬਾਤ ਹੈ ਦੋਸਤੋ, ਸ਼ੁਕਰੀਆ ਅਦਾ ਕਰਾਂਗੇ ਜੀ। ਬਿਲਕੁਲ, ਇਹਦੀ ਕੋਈ ਸ਼ੱਕ ਨਹੀਂ ਹੈਗੀ ਜੀ। ਸੋ ਦੋਸਤੋ, ਪਵਨ ਰਾਜ ਮਲਹੋਤਰਾ ਜੀ ਨਾਲ ਹਜੇ ਆਪਾਂ ਹੋਰ ਬਹੁਤ ਸਾਰੀਆਂ ਗੱਲਾਂ ਕਰਨੀਆਂ ਨੇ, ਸਿਲਸਿਲਾ ਹਜੇ ਸ਼ੁਰੂ ਹੋਇਆ, ਤੁਸੀਂ ਕਿਤੇ ਨਾ ਜਾਇਓ। ਇੱਕ ਨਿੱਕੀ ਜਿਹੀ ਬ੍ਰੇਕ ਲੈਂਦੇ ਹਾਂ, ਫਿਰ ਮਿਲਦੇ ਹਾਂ ਜੀ ਆਪਾਂ। ਐਕਟਰ ਉਹੀ ਹੈ ਜਿਹੜਾ ਅਲੱਗ ਅਲੱਗ ਕਿਰਦਾਰ ਕਰ ਸਕੇ। ਟੈਲੈਂਟ ਦੀ ਕੋਈ ਕਮੀ ਨਹੀਂ ਹੈ ਪੰਜਾਬ ਵਿੱਚ, ਕਹਾਣੀਆਂ ਦੀ ਕੋਈ ਕਮੀ ਨਹੀਂ ਹੈ, ਸਾਡੀ ਜਿਹੜੀ ਹਿਸਟਰੀ ਹੈਗੀ ਫੁੱਲ ਆਫ ਸਟੋਰੀਜ਼, ਹਰ ਤਰ੍ਹਾਂ ਦੀ ਕਹਾਣੀ ਹੈ ਸਾਡੇ ਕੋਲ। ਜਿਹੜੇ ਅਵਾਰਡਸ ਕੀ ਇੰਪੋਰਟੈਂਸ ਰੱਖਦੇ ਨੇ ਐਕਟਰਸ ਲਈ, ਡਾਇਰੈਕਟਰਸ ਲਈ, ਜਾਂ ਫਿਰ ਜੋ ਵੀ ਫਿਲਮ ਇੰਡਸਟਰੀ ਨਾਲ ਜੁੜੇ ਹੋਏ ਨੇ? ਬਹੁਤ ਇੰਪੋਰਟੈਂਟ ਹੁੰਦਾ। ਜਦ ਵੀ ਕੋਈ ਆਰਟਿਸਟ ਹੁੰਦਾ, ਪਿੱਠ 'ਤੇ ਜਿਹੜੀ ਥਪਥਪੀ ਹੁੰਦੀ ਹੈ, ਅਵਾਰਡਸ ਪਿੱਠ 'ਤੇ ਥਪਥਪੀ ਨੇ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਪੀ ਟੀ ਸੀ ਸਟਾਰ ਸਪੀਕਸ ਦੇ ਵਿੱਚ, ਅਤੇ ਮੈਂ ਤੁਹਾਡੀ ਮੁਲਾਕਾਤ ਕਰਵਾ ਰਿਹਾ ਜੀ ਪਵਨ ਰਾਜ ਮਲਹੋਤਰਾ ਜੀ ਨਾਲ। ਪਵਨ ਜੀ, ਜਿੱਦਾਂ ਕਿ ਤੁਸੀਂ ਹਮੇਸ਼ਾ ਕਹਿੰਦੇ ਹੋ ਕਿ ਇੱਕ ਐਕਟਰ ਨੂੰ ਨਾ ਵੱਖੋ ਵੱਖ ਕਿਰਦਾਰ ਕਰਨੇ ਚਾਹੀਦੇ ਨੇ, ਜਦੋਂ ਵੀ ਨਵੀਂ ਫਿਲਮ ਆਉਂਦੀ ਹੈ ਤਾਂ ਮੁੱਢ ਤੋਂ ਮਤਲਬ ਸ਼ੁਰੂ ਤੋਂ ਲੈ ਕੇ ਤੁਹਾਨੂੰ ਪੂਰਾ ਚੇਂਜ ਆਪਣੇ ਆਪ ਨੂੰ ਕਰਨਾ ਚਾਹੀਦਾ ਹੈਗਾ, ਉਹੀ ਰਿਪੀਟ ਨਹੀਂ ਕਰਨਾ ਚਾਹੀਦਾ ਹੈਗਾ ਕਿ ਨਹੀਂ? ਉਹ ਤਾਂ ਚਲੋ ਸਕ੍ਰਿਪਟ 'ਚ ਹੁੰਦਾ ਜੋ, ਬਿਲਕੁਲ ਬਿਲਕੁਲ, ਅਤੇ ਐਕਟਰ ਉਹੀ ਹੈ ਜਿਹੜਾ ਅਲੱਗ ਅਲੱਗ ਕਿਰਦਾਰ ਕਰ ਸਕੇ। ਐਗਜੈਕਟਲੀ ਐਗਜੈਕਟਲੀ। ਅਤੇ ਇੱਥੇ ਮੈਂ ਇਹ ਪੁੱਛਣਾ ਚਾਹਾਂਗਾ ਕਿ ਤੁਸੀਂ ਮਤਲਬ ਹੁਣ ਪਿਛਲੇ ਦੌਰ ਵਿੱਚ ਓਬਵੀਅਸਲੀ ਮੈਂ ਮੰਨਦਾ ਹੈਗਾ ਤੁਸੀਂ ਪੰਜਾਬੀ ਫਿਲਮਾਂ ਵੀ ਦੇਖੀਆਂ ਹੋਣੀਆਂ, ਵੀ ਕੀ ਚੱਲ ਰਿਹਾ ਕੀ ਨਹੀਂ ਚੱਲ ਰਿਹਾ ਹੈਗਾ, ਤਾਂ ਤੁਹਾਡੇ ਕੀ ਕਹਿਣਾ ਪੰਜਾਬੀ ਫਿਲਮਾਂ ਨੂੰ ਲੈ ਕੇ? ਨਹੀਂ, ਮੈਂ ਇਹ ਤਾਂ ਨਹੀਂ ਕਲੇਮ ਕਰ ਸਕਦਾ ਕਿ ਮੈਂ ਬਹੁਤ ਪੰਜਾਬੀ ਫਿਲਮਾਂ ਵੇਖੀਆਂ, ਪਰ ਜਿੰਨੀ ਮੈਨੂੰ ਪਤਾ ਉਹ ਦੱਸਿਆ ਗਿਆ ਹੈ ਕਿ 2000 ਦੇ ਸ਼ੁਰੂ 'ਚ ਪੰਜਾਬੀ ਸਿਨੇਮਾ ਵਾਪਸ ਰਿਵਾਈਵ ਹੋਇਆ, 90s 'ਚ ਫਿਲਮਾਂ ਬਣਨੀ ਬੰਦ ਹੋ ਗਈਆਂ। ਹਾਂਜੀ ਬਿਲਕੁਲ। ਉਹਦੀ ਜੋ ਵੀ ਵਜ੍ਹਾ ਰਹੀ ਹੈ, ਮੈਨੂੰ ਐਸਾ ਲੱਗਦਾ ਕਿ ਸ਼ਾਇਦ ਅਸੀਂ ਇੱਕੋ ਜਿਹੀ ਫਿਲਮਾਂ ਸ਼ਾਇਦ ਕਹਾਣੀਆਂ ਕਹਿ ਰਹੇ ਸੀ ਜੀ, ਅਤੇ ਸਾਡੇ ਆਡੀਅੰਸ ਸ਼ਾਇਦ ਬੋਰ ਹੋ ਗਏ, ਜਾਂ ਕਿਤੇ ਅਸੀਂ ਕੁਆਲਿਟੀ 'ਤੇ ਵੀ ਕੰਪਰੋਮਾਈਜ਼ ਕੀਤੇ। ਜਦੋਂ ਫਿਰ ਫਿਲਮਾਂ ਨਹੀਂ ਚੱਲਦੀਆਂ, ਆਡੀਅੰਸ ਬੋਰ ਹੁੰਦੇ ਨੇ, ਅਤੇ ਫਿਰ ਤੁਸੀਂ ਥੋੜ੍ਹਾ ਸਸਤੇ 'ਚ ਕੰਮ ਚਲਾਉਣਾ ਚਾਹੁੰਦੇ ਹੋ। ਸਹੀ ਗੱਲ। ਉਹ ਸਾਰਾ ਇਫੈਕਟ ਵਿਸ਼ਅਸ ਸਾਈਕਲ ਹੁੰਦਾ, ਬਿਲਕੁਲ, ਕਿਉਂਕਿ ਅਸੀਂ ਸ਼ਾਇਦ ਅਲੱਗ ਅਲੱਗ ਕਹਾਣੀਆਂ ਨਹੀਂ ਕਹਿ ਪਾ ਰਹੇ ਹਾਂ, ਕਿਤੇ ਸ਼ਾਇਦ ਕੁਆਲਿਟੀ 'ਤੇ ਕੰਪਰੋਮਾਈਜ਼ ਕਰਨੇ ਆ, ਇਸ ਕਰਕੇ ਆਡੀਅੰਸ ਆਉਣੇ ਬੰਦ ਹੋ ਜਾਂਦੇ ਨੇ।
टैलेंट की कोई कमी नहीं है जी। आफ्टरऑल बंबई में एक बहुत बड़ा हिस्सा पंजाबियों का है जिहड़ा फिल्म इंडस्ट्री बॉम्बे चलांदा है। सही गल है। और टेक्नीशियन की सानू कमी नहीं है, राइटर्स की कमी नहीं है। वाकई पंजाब में कहानियां की कोई कमी नहीं है। साड़ी जिहड़ी हिस्ट्री हैगी फुल ऑफ स्टोरीज, हर तरह की कहानियां साडे कोल। ट्रू, बिल्कुल जी बिल्कुल। तो सिर्फ मेरे ख्याल नाल एक मैं हमेशा कहना कि सेफ जिहड़ी गेम सोची जाती है वह सेफ होंदी नहीं है। जिहड़ा होंदा ना कि यह चलता जी यह बना लो तो वह ਉਹ ਨਹੀਂ ਹੋਣ ਵਾਲਾ। ਜਿਸ ਲਈ ਵੀ ਤੁਸੀਂ ਥੋੜ੍ਹਾ ਜਿਹਾ ਇਹ ਡਿੱਬੀ ਤੋਂ ਬਾਹਰ ਅਲੱਗ ਜਾ ਕੇ ਸੋਚੋਗੇ। ਸਹੀ ਗੱਲ ਹੈ। ਔਰ ਠੀਕ ਨਾਲ ਆਪਣੀ ਸੱਚਾਈ ਨਾਲ ਕਹਾਣੀ ਕਹੋ, ਜੋ ਤੁਹਾਨੂੰ ਲੱਗਦਾ ਹੈ, ਜੋ ਮੈਨੂੰ ਲੱਗਦਾ ਹੈ ਕਿ ਇਹ ਚੰਗਾ ਉਹ ਦੂਜੇ ਨੂੰ ਵੀ ਲੱਗਦਾ ਚੰਗਾ। ਬਿਲਕੁਲ ਸਹੀ ਗੱਲ ਹੈ। ਮੈਂ ਸੋਚ ਲਵਾਂ ਕਿ ਨਹੀਂ ਜੀ ਮੈਂ ਕੁਝ ਜ਼ਿਆਦਾ ਬੁੱਧੀਮਾਨ ਹਾਂ ਅਤੇ ਇਹ ਮੈਨੂੰ ਜਿਹੜੀ ਚੀਜ਼ ਚੰਗੀ ਲੱਗ ਰਹੀ ਹੈ ਉਹ ਦੂਜੇ ਨੂੰ ਨਹੀਂ। ਸਭ ਨੂੰ ਕਹਾਣੀ ਸੁਣਾਓਗੇ, ਦਿਲ ਔਰ ਦਿਮਾਗ ਦਾ ਕਨੈਕਸ਼ਨ ਹੈ। ਸਹੀ ਗੱਲ ਹੈ। ਇਹ ਫ੍ਰੀਕੁਐਂਸੀ ਮਿਲਣੀ ਚਾਹੀਦੀ ਹੈ ਇੱਥੋਂ ਦੀ। ਇਹ ਦੋਨੋਂ ਜੋੜ ਕੇ ਤੁਹਾਨੂੰ ਜੋ ਲੱਗਦਾ ਹੈ ਆਪਣੀ ਸੱਚਾਈ ਨਾਲ ਕਹਾਣੀ ਜਿਹੜੀ ਹੈਗੀ ਹੈ ਉਹ ਸੁਣਾਓ, ਉਹ ਲੋਕਾਂ ਨੂੰ ਸਭ ਨੂੰ ਪਸੰਦ ਆਏਗੀ। ਸਹੀ ਗੱਲ ਹੈ। ਔਰ ਅਲੱਗ ਅਲੱਗ ਕਹਾਣੀਆਂ ਸੁਣਾਉਣੀ ਪੈਣਗੀਆਂ। ਰੋਜ਼ ਬੱਚੇ ਨੂੰ ਵੀ ਤੁਸੀਂ ਏਕ ਥਾਂ ਰਾਜਾ ਇੱਕ ਥਾਂ ਰਾਣੀ ਦਾ ਬੱਚਾ ਵੀ ਆ ਬੋਲੇਗਾ ਨਹੀਂ ਮੇਰੇ ਕੋਲ ਸੋਨਾ ਹੀ ਹੈ ਬਈ। ਵਾਕਈ ਸਹੀ ਗੱਲ ਹੈ। ਮੈਂ ਜਿਵੇਂ ਕਿਸੇ ਨੂੰ ਕਿਹਾ ਕਿ ਬਈ ਆਏ ਮਹਿਮਾਨ ਆਇਆ ਪਰਾਹੁਣੇ ਨੇ ਕਹਿਤਾ ਜੀ ਮੈਨੂੰ ਆਲੂ ਗੋਭੀ ਪਸੰਦ ਹੈ, ਤੁਸੀਂ ਸਵੇਰੇ ਸ਼ਾਮ 30 ਦਿਨ ਉਹਨੂੰ ਆਲੂ ਗੋਭੀ ਖਵਾਉਂਦੇ ਜਾਓਗੇ ਤੇ ਇੱਕ ਦਿਨ ਥਾਲੀ ਨੂੰ ਧੱਕਾ ਮਾਰ ਹੀ ਦੇਗਾ। ਅੱਛਾ 2014 ਦੇ ਵਿੱਚ ਪੰਜਾਬੀ ਫਿਲਮ ਤੁਸੀਂ ਕਿਹੜੀ ਦੇਖੀ ਵੈਸੇ? ਚਾਰ ਸਾਹਿਬਜ਼ਾਦੇ ਦੇਖੀ। ਅੱਛਾ ਜਾ ਕੇ। ਔਰ ਆਪਣੀ ਜਿਹੜੀ ਫਿਲਮ ਹੈਗੀ ਉਹ ਆਫਕੋਰਸ ਦੇਖੀ ਜਾ ਕੇ, ਪੰਜਾਬ 84। ਅਤੇ ਕੀ ਤੁਹਾਡਾ ਕੀ ਕਹਿਣਾ ਹੈਗਾ ਉਸ ਫਿਲਮ ਨੂੰ ਲੈ ਕੇ, ਹਾਲਾਂਕਿ ਉਹ ਹੈਰੀ ਬਵੇਜਾ ਜੀ ਨੇ ਬਣਾਈ ਹੈਗੀ ਆ। ਦੇਖੋ ਪਹਿਲਾ ਸਟੈਪ ਹੈਗਾ। ਐਗਜੈਕਟਲੀ। ਔਰ ਵੈਸੇ ਵੀ ਜੋ ਉਹਦਾ ਕੰਟੈਂਟ ਹੈਗਾ, ਮੇਰਾ ਪਹਿਲਾ ਰਿਐਕਸ਼ਨ ਸੀ ਕਿ ਸਭ ਨੂੰ ਵੇਖਣੀ ਚਾਹੀਦੀ ਹੈ, ਸਿਰਫ ਪੰਜਾਬੀਆਂ ਨੂੰ ਨਹੀਂ ਪੂਰੇ ਹਿੰਦੁਸਤਾਨ ਨੂੰ ਦੇਖਣੀ ਚਾਹੀਦੀ ਹੈ। ਔਰ ਸਭ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਅੱਜ ਜਿੱਥੇ ਅਸੀਂ ਬੈਠੇ ਹਾਂ ਸਾਡੇ ਗੁਰੂਆਂ ਨੇ ਕੀ ਤਿਆਗ ਕੀਤੇ ਨੇ, ਤਦ ਕਰਕੇ ਅਸੀਂ ਅੱਜ ਇੱਥੇ ਬੈਠੇ ਹੋਏ ਹਾਂ। ਬਿਲਕੁਲ ਸਹੀ। ਔਰ ਹਰ ਸ਼ਖਸ ਨੂੰ ਪਤਾ ਹੋਣਾ ਚਾਹੀਦਾ। ਬਹੁਤ ਅੱਛਾ ਸਬਜੈਕਟ ਸੀ, ਬਹੁਤ ਅੱਛਾ ਐਫਰਟ ਹੈ। ਔਰ ਹੁਣ ਉਹਨਾਂ ਨੂੰ ਪਤਾ ਹੈ ਕਿ ਇਹੋ ਜਿਹੀ ਫਿਲਮ ਦੇ ਆਡੀਅੰਸ ਹੈਗੇ ਨੇ, ਅਤੇ ਅਗਲੀ ਵਾਰ ਜਿਹੜੇ ਉਹ ਬਣਾਉਣਗੇ ਤੁਸੀਂ ਵੇਖਿਆ ਜੇ ਉਹਨਾਂ ਨੂੰ ਪਤਾ ਕਿ ਇਹ ਪੈਸੇ ਅਸੀਂ ਬਣਾ ਸਕਦੇ ਹਾਂ ਇੱਥੋਂ, ਅਤੇ ਉਹ ਐਨੀਮੇਸ਼ਨ ਦੀ ਕੁਆਲਿਟੀ ਵੀ ਅਗਲੀ ਵਾਰ ਬੈਟਰ ਹੋਏਗੀ। ਵਾਕਈ ਜੀ, ਵਾਕਈ। ਔਰ ਹੋਰ ਟਾਈਮ ਲਗਾ ਕੇ ਬਣਾਇਆ ਜਾਏਗਾ। ਅਗਰ ਕੁਝ ਤਰੁੱਟੀਆਂ ਰਹਿ ਵੀ ਗਈਆਂ ਜਿਹੜੀ ਕਿ ਕਿਸੇ ਵੀ ਫਿਲਮ 'ਚ, ਸਾਡੀ ਵੀ ਫਿਲਮਾਂ 'ਚ ਕੁਝ ਤਰੁੱਟੀਆਂ ਰਹਿ ਸਕਦੀਆਂ ਕਿਉਂਕਿ ਸਿਨੇਮਾ ਇੰਨੇ ਸਾਰੇ ਲੋਕਾਂ ਨਾਲ ਜੁੜਿਆ ਹੁੰਦਾ ਜਿਹਦੇ ਥੋੜ੍ਹਾ ਉੱਚ ਨੀਚ ਹੁੰਦਾ ਰਹਿੰਦਾ, ਲੇਕਿਨ ਮੇਨ ਪਰਪਸ ਕੀ ਹੁੰਦਾ ਕਿ ਕਹਾਣੀ ਕਿਹੋ ਜਿਹੀ ਹੈ, ਕੰਟੈਂਟ ਕਿਹੋ ਜਿਹਾ, ਕਿਸ ਤਰ੍ਹਾਂ ਸੁਣਾਈ ਜਾ ਰਹੀ ਹੈ। ਬਿਲਕੁਲ। ਅਤੇ ਇਹ ਜਿਹੜਾ ਸੀੜੀ 'ਚ ਪਹਿਲਾ ਕਦਮ ਰੱਖਿਆ, ਸੀੜੀ ਉੱਤੇ ਤੱਕ ਇਹਦਾ ਕੋਈ ਅੰਤ ਨਹੀਂ ਹੈਗਾ। ਸਹੀ ਗੱਲ। ਉਹ ਉੱਥੇ ਅਸਮਾਨ ਹੋਰਾਈਜ਼ਨ ਜਾਂਦੀ ਤਾਂ ਪਤਾ ਨਹੀਂ ਹੈ। ਬਿਲਕੁਲ ਸੱਚੀ। ਅਤੇ ਅਸੀਂ ਚੱਲ ਪਏ ਹਾਂ ਪੰਜਾਬੀ ਇਹਦੇ 'ਤੇ, ਔਰ ਅਸੀਂ ਕਿਸੇ ਕੋਲੋਂ ਘੱਟ ਹੈਗੇ ਨਹੀਂ। ਅਗਰ ਤਮਿਲੀਅਨਸ ਕਰ ਸਕਦੇ ਨੇ, ਆਂਧਰਾਈਟ ਕਰ ਸਕਦੇ ਨੇ, ਮਲਿਆਲੀਜ਼ ਕਰ ਸਕਦੇ ਨੇ, ਬੰਗਾਲੀ ਕਰ ਸਕਦੇ ਨੇ, ਅਤੇ ਪੰਜਾਬੀ ਵੀ ਕਰ ਸਕਦੇ। ਪਵਨ ਜੀ, ਆਪਾਂ ਅਵਾਰਡਸ ਦੀ ਗੱਲ, ਹਾਲਾਂਕਿ ਪਹਿਲਾਂ ਵੀ ਮੈਂ ਜ਼ਿਕਰ ਕਰ ਚੁੱਕਿਆ ਅਵਾਰਡਸ ਦਾ ਕਿ ਤੁਸੀਂ ਇੰਟਰਨੈਸ਼ਨਲੀ ਬਹੁਤ ਸਾਰੇ ਅਵਾਰਡ ਜਿੱਤੇ ਹੈਗੇ ਨੇ ਆਪਣੀ ਐਕਟਿੰਗ ਨੂੰ ਲੈ ਕੇ। ਨਹੀਂ, ਹਿੰਦੁਸਤਾਨ ਹੀ ਮਤਲਬ ਇੱਕ, ਹਾਂ ਇਹ ਕਹਿ ਸਕਦੇ ਕਿ ਰੁਤਬਾ ਉਹਨਾਂ ਦਾ ਜਿਹੜਾ ਹੈਗਾ ਕਿ ਬਾਹਰ ਦੇ ਲੋਕਾਂ ਨੇ ਵੀ ਸਾਰੇ ਫਿਲਮਸ ਕੀਤੀਆਂ। ਹਾਂ ਹਾਂ, ਐਗਜੈਕਟਲੀ। ਔਰ ਉਹ ਫਿਲਮ ਨੂੰ ਬ੍ਰਦਰ ਇਨ ਟ੍ਰਬਲ ਨੂੰ ਅਵਾਰਡ ਮਿਲੇ ਗ੍ਰੀਸ 'ਚ, ਔਰ ਮੈਂ ਸਿਟੀ ਆਫ ਜੋਏ ਵਿੱਚ ਵੀ ਹੈਗਾ ਸੀ, ਹੁਣ ਤਾਂ ਬਹੁਤ ਥੋੜ੍ਹਾ ਘੱਟ ਗਿਆ ਰੋਲ, ਪਰ ਇੰਟਰਨੈਸ਼ਨਲ ਫਿਲਮਾਂ ਨਾਲ ਜੁੜਿਆ। ਮੈਂ ਲੀਡ ਕੀਤਾ ਬ੍ਰਦਰਸ ਇਨ ਟ੍ਰਬਲ ਹੀ ਬ੍ਰਿਟਿਸ਼ ਫਿਲਮ। ਬਿਲਕੁਲ, ਸਾਰੇ ਦੁਨੀਆ ਜਾਣਦੀ ਹੈਗੀ, ਸਾਡੇ ਲਈ ਤਾਂ ਅਵਾਰਡ ਤੋਂ ਹੀ ਵੱਧ ਕੇ ਸੀਗੀ ਇਨਫੈਕਟ ਉਹ ਚੀਜ਼। ਅੱਛਾ, ਇੱਕ ਗੱਲ ਹੈਗੀ ਕਿ ਜਿੱਦਾਂ ਹੁਣ ਪੰਜਾਬੀ ਫਿਲਮਾਂ ਦਾ ਜਿਹੜਾ ਆਪਾਂ ਗੱਲ ਕਰ ਰਹੇ ਹਾਂ ਕਿ ਦੌਰ ਸ਼ੁਰੂ ਹੋਇਆ, ਤਾਂ ਇਹਦੇ ਵਿੱਚ ਐਕਟਰਸ ਦੇ ਕੰਮ ਨੂੰ ਸਰਾਉਣ ਦੇ ਲਈ PTC ਪੰਜਾਬੀ ਨੇ ਇਹ ਐਫਰਟ ਲਿਆ ਕਿ ਇਹ ਆਪਣਾ ਪਹਿਲਾ ਕਦਮ ਚੁੱਕਿਆ ਅਵਾਰਡਸ ਦਾ, PTC ਫਿਲਮ ਅਵਾਰਡਸ ਖਾਸ ਤੌਰ 'ਤੇ। ਇਹਦੇ ਬਾਰੇ ਤੁਹਾਡਾ ਕੀ ਕਹਿਣਾ ਕਿ ਜਿਹੜੇ ਇਹ ਅਵਾਰਡਸ ਕੀ ਇੰਪੋਰਟੈਂਸ ਰੱਖਦੇ ਨੇ ਐਕਟਰਸ ਲਈ, ਡਾਇਰੈਕਟਰਸ ਲਈ, ਜਾਂ ਫਿਰ ਜੋ ਵੀ ਫਿਲਮ ਇੰਡਸਟਰੀ ਨਾਲ ਜੁੜੇ ਹੋਏ ਨੇ? ਬਹੁਤ ਇੰਪੋਰਟੈਂਟ ਹੁੰਦੇ ਨੇ। ਕੋਈ ਵੀ ਕਲਾਕਾਰ ਹੋਏ, ਮੈਂ ਸਿਰਫ ਐਕਟਰਸ ਦੀ ਗੱਲ ਨਹੀਂ ਕਰ ਰਿਹਾ ਜੀ, ਫੀਲਡ 'ਚ ਟੈਕਨੀਸ਼ੀਅਨਸ ਜਿਹੜੇ ਹੈਗੇ, ਹਾਂਜੀ, ਰਾਈਟਰਸ ਹੈਗੇ ਨੇ, ਮਿਊਜ਼ਿਕ ਕਰਨ ਵਾਲੇ ਹੈਗੇ ਨੇ, ਜੋ ਵੀ ਸਿਨੇਮਾ ਨਾਲ ਜੁੜੇ ਹੋਏ ਨੇ, ਚਾਹੇ ਕਿਸੇ ਵੀ ਲੈਵਲ 'ਤੇ, ਆਰਟ ਡਾਇਰੈਕਸ਼ਨ ਹੈਗੀ ਹੈ, ਹਰ ਇੱਕ ਦੀ ਆਪਣੀ ਆਪਣੀ ਇੰਪੋਰਟੈਂਸ ਹੈ। ਔਰ ਜਦ ਵੀ ਕੋਈ ਆਰਟਿਸਟ ਹੁੰਦਾ, ਪਿੱਠ 'ਤੇ ਜਿਹੜੀ ਥਪਥਪੀ ਹੁੰਦੀ ਹੈ, ਅਵਾਰਡ ਪਿੱਠ 'ਤੇ ਥਪਥਪੀ ਨੂੰ ਜੀ ਇੱਕ ਜੂਰੀ ਬੈਠਦੀ ਹੈ, ਹਾਂਜੀ, ਉਹ ਜਿਸਲੇ ਤੁਹਾਡੀ ਆਪਣੀ ਕਮਿਊਨਿਟੀ ਜਿਹਦੇ ਨਾਲ ਤੁਸੀਂ ਕੰਮ ਕਰਦੇ ਹੋ, ਉਹ ਜਿਸਲੇ ਤੁਹਾਨੂੰ ਜੈਨੂਅਨ ਅਵਾਰਡ ਦਿੰਦੇ ਨੇ, ਜੈਨੂਅਨ ਹੋਣਾ ਚਾਹੀਦਾ। ਬਿਲਕੁਲ ਬਿਲਕੁਲ। ਔਰ ਉਹਦੇ 'ਚ ਆਫਕੋਰਸ ਕਈ ਵਾਰ ਐਸਾ ਹੁੰਦਾ ਕਿ ਜਿਸੇ ਅਸੀਂ ਕਹਿੰਦੇ ਹਾਂ ਜੀ ਵੀ ਆਰ ਇਨ ਅ ਗੁੱਡ ਕੰਪਨੀ, ਹਾਂਜੀ, ਕਿ 3-4-5 ਲੋਕਾਂ ਨੇ ਇਹੋ ਜਿਹਾ ਕੰਮ ਕੀਤਾ ਹੈ ਕਿ ਸ਼ਾਇਦ ਕਿਸੇ ਨੂੰ ਲੱਗੇ ਉਹ ਡਿਜ਼ਰਵ ਕਰਦਾ ਹੈ, ਕਿਸੇ ਨੂੰ ਉਹ ਲੱਗੇ ਉਹ ਲੱਗਦਾ ਹੈ। ਸਹੀ ਹੈ। ਕਿਉਂਕਿ ਇਹ ਤਾਂ ਕੋਈ ਹਿਸਾਬ ਕਿਤਾਬ ਤਾਂ ਹੈਗਾ ਨਹੀਂ ਕਿ ਇੰਨਾ ਹੀ ਤੁਸੀਂ ਤੈਅ ਕਰ ਸਕਦੇ ਹੋ ਕਿ ਬਿਲਕੁਲ ਇੰਨਾ ਮਲਟੀਪਲਾਈ ਕੀਤਾ ਅਤੇ 2+2=4 ਹੀ ਹੋਣਾ। ਸਹੀ ਗੱਲ ਹੈ। ਅਤੇ ਉਹਦੇ 'ਚ ਉਹ ਹੈਲਦੀ ਕੰਪੀਟੀਸ਼ਨ ਜਿਹੜਾ ਹੈਗਾ ਉਹ ਚੰਗਾ ਵੀ ਹੈ ਜੀ। ਔਰ ਇੱਕ ਹੋਰ ਚੀਜ਼ ਕਿ ਅਗਰ ਇਹੋ ਜਿਹੇ ਅਵਾਰਡ ਸ਼ੁਰੂ ਕੀਤੇ ਜਾਣ ਤਾਂ ਫਿਰ ਇਹ ਸੋਚ ਕੇ ਕੀਤੇ ਜਾਣ ਕਿ ਚੱਲਦੇ ਰਹਿਣਗੇ, 2-4-5 ਮੌਸਮ ਵਾਲਾ ਗੱਲ ਨਹੀਂ ਹੋਏ।
ਤੇ ਇਹ ਤਾਂ ਬਹੁਤ ਹੀ ਇਨਕਰੇਜਿੰਗ ਚੀਜ਼ ਹੈ ਜੀ। ਇਹ ਸਾਡੇ ਸਿਨੇਮਾ ਨੂੰ ਵੀ ਉੱਤੇ ਲੈ ਕੇ ਜਾਏਗੀ, ਔਰ ਇਹ ਇੱਕ ਹੋਰ ਵੀ ਬਹਾਨਾ ਹੁੰਦਾ ਕਿ ਅਵਾਰਡ ਫੰਕਸ਼ਨ ਹੁੰਦੇ ਨੇ, ਤੁਸੀਂ ਪਿੱਠ ਤੇ ਥਪਥਪੀ ਤਾਂ ਦਿੰਦੇ ਹੀ ਹੋ, ਬਾਕੀ ਵੀ ਕਮਿਊਨਿਟੀ ਆ ਕੇ ਮਿਲਦੀ ਹੈ, ਤੁਸੀਂ ਆਪਸ ਹੀ ਇੱਕ ਦੂਜੇ ਨੂੰ ਮਿਲਦੇ ਹੋ, ਇੰਟਰੈਕਸ਼ਨ ਹੁੰਦੀ ਹੈ ਸਾਰਿਆਂ ਨਾਲ। ਮੈਂ ਹਮੇਸ਼ਾ ਕਹਿੰਦਾ ਮਿਲਣਾ ਹੈ ਜੀ, ਯਾਰਾਂ ਨੂੰ ਮਿਲੋ, ਵਾਕਈ ਸਹੀ ਗੱਲ ਹੈ, ਖਾਓ ਪੀਓ ਝੂਲੇ 'ਚ ਬੈਠੋ ਅਤੇ ਸਭ ਨੂੰ ਮਿਲ ਕੇ ਘਰ ਜਾਓ, ਅਤੇ ਇਟ ਇਜ਼ ਆਲਵੇਜ਼ ਗੁੱਡ ਟੂ ਗੈਟ ਬ੍ਰਿੰਕ ਕਮਿਊਨਿਟੀ ਟੁਗੈਦਰ, ਪੂਰਾ ਇੱਕ ਇਕੱਠੇ ਹੁੰਦੇ ਹੋ ਤੁਸੀਂ। ਅੱਛਾ, ਮੇਲੇ ਦਾ ਜ਼ਿਕਰ ਤੁਸੀਂ ਕੀਤਾ ਹੈਗਾ, ਤਾਂ ਪਿਛਲੇ ਸਾਲ ਮਤਲਬ ਜਿਹੜੇ PTC ਪੰਜਾਬੀ ਫਿਲਮ ਅਵਾਰਡਸ ਹੋਏ ਸੀਗੇ 2014, ਤੁਸੀਂ ਵੀ ਉਹਦੇ ਵਿੱਚ ਸ਼ਾਮਿਲ ਸੀਗੇ। ਕਿੰਨੇ ਸਾਰੇ ਲੋਕਾਂ ਨੂੰ ਮੈਂ ਬਹੁਤ ਸਾਲਾਂ ਬਾਅਦ, ਕਿਉਂਕਿ ਤੁਸੀਂ ਫਸਟ, ਹਾਂ ਤੁਸੀਂ ਫਸਟ ਟਾਈਮ ਮੇਰੇ ਖਿਆਲ 'ਚ ਕਿਸੇ ਪੰਜਾਬੀ ਫਿਲਮ ਅਵਾਰਡ ਮੈਂ ਬਹੁਤ ਘੱਟ ਜਾਂਦਾ ਅਵਾਰਡ ਫੰਕਸ਼ਨ 'ਚ। ਹਾਂਜੀ ਹਾਂ, ਤਾਂ ਕਿਹੋ ਜਿਹਾ ਸੀ ਇਹੋ ਜਿਹੇ ਜੈਨੂਇਨ ਅਵਾਰਡ ਜੇ ਹੋਏਗਾ ਜੀ, ਸਭ ਆਉਣਾ ਚਾਹੁੰਗੇ, ਜਿਹੜਾ ਕਿ ਮਹੀਆ ਇੱਕ ਜਿਹੜੇ ਕੁਛ ਲੋਕ ਹੈਗੇ ਨੇ ਜੂਰੀ 'ਚ, ਇਹੋ ਜਿਹੇ ਲੋਕ ਹਨ ਜਿਹੜੇ ਸਮਝਦੇ ਨੇ ਕੰਮ ਨੂੰ, ਜਿਹੜੇ ਸਿਨੇਮਾ ਨੂੰ ਸਮਝਦੇ ਨੇ, ਔਰ ਉਹ ਅਗਰ ਡਿਸਾਈਡ ਕਰਦੇ ਨੇ ਤਾਂ ਬਹੁਤ ਬਹੁਤ ਅੱਛੀ ਪਹਿਲ ਹੈ, ਔਰ ਸਭ ਲੋਕ ਮਿਲਦੇ ਨੇ ਲੋਕਾਂ ਨੂੰ, ਆਰਟਿਸਟ ਨੂੰ ਚੰਗਾ ਲੱਗਦਾ ਹੈ, ਔਰ ਫਿਰ ਪੂਰੇ ਜ਼ੋਰ ਨਾਲ ਬੰਦਾ ਕੰਮ ਕਰਦਾ ਹੈ, ਔਰ ਜਦੋਂ ਅਵਾਰਡ ਮਿਲਦਾ ਹੈ ਤਾਂ ਬੜੀ ਖੁਸ਼ੀ ਹੁੰਦੀ ਹੈ ਸਭ ਨੂੰ ਖੁਸ਼ੀ ਹੁੰਦੀ ਹੈ। ਇਟਸ ਅ ਵੈਰੀ ਗੁੱਡ ਵੇ ਆਫ ਐਪਰੀਸ਼ੀਏਟਿੰਗ, ਇੱਕ ਹੰਬੜਾ ਮਿਲਦਾ ਜੀ ਉਹਨੂੰ ਕਿ ਹੋਰ ਚੰਗਾ ਆਪਾਂ ਕੰਮ ਬਿਲਕੁਲ ਮਿਲਦਾ ਬਿਲਕੁਲ ਮਿਲਦਾ ਅਤੇ ਇਸੇ ਜੇ ਆਪਾਂ ਦੇਖੀਏ ਹੰਬੜਾ ਜਿਹੜਾ ਮਿਲਿਆ ਹੈਗਾ PTC ਪੰਜਾਬੀ ਨੂੰ ਵੀ ਮਿਲਿਆ, ਤਾਂ ਜੀ ਹੁਣ ਕਰਦੇ ਕਰਾਉਂਦੇ ਆਪਾਂ ਸਟੈਪ ਬਾਏ ਸਟੈਪ, ਹਰੇਕ ਸਾਲ ਅਵਾਰਡਸ ਹੋ ਰਹੇ, 2015 'ਚ ਵੀ ਹੁਣ ਰੀਸੈਂਟਲੀ ਅਵਾਰਡਸ ਹੋਣ ਜਾ ਰਹੇ ਨੇ ਜੀ, ਤਾਂ ਤੁਸੀਂ ਇਹਨੂੰ ਲੈ ਕੇ ਕੀ ਐਕਸਪੈਕਟੇਸ਼ਨ ਰੱਖਦੇ ਹੋ, ਕੀ ਕਹਿਣਾ ਚਾਹੋਗੇ? ਨਹੀਂ, ਐਜ਼ ਐਨ ਐਕਟਰ ਮੈਂ ਕੋਈ ਐਕਸਪੈਕਟੇਸ਼ਨ ਨਹੀਂ ਰੱਖਦਾ। ਹਾਂਜੀ, ਮੈਨੂੰ ਲੱਗਦਾ ਸਭ ਜਿਹੜੇ ਆਰਟਿਸਟ ਨੂੰ ਜਾਂ ਟੈਕਨੀਸ਼ੀਅਨ ਨੂੰ ਸਾਡਾ ਕੰਮ ਹੈ, ਕੰਮ ਕਰ ਦਿਉ ਜੀ, ਉਸ ਤੋਂ ਬਾਅਦ ਅੱਗੇ ਅਵਾਰਡਸ ਮਿਲੇ ਤਾਂ ਵੈਰੀ ਗੁੱਡ, ਨਹੀਂ ਮਿਲੇ ਤਾਂ ਫਿਰ ਕੰਮ ਕਰਦੇ ਜਾਓ, ਪਾਣੀ ਬੂੰਦ ਬੂੰਦ ਗਿਰਾਉਂਦੇ ਜਾਓ। ਵਾਕਈ, ਔਰ ਪਰ ਇੱਕ ਬਹੁਤ ਚੰਗੀ ਪਹਿਲ ਹੈਗੀ ਹੈ, ਇਹ ਵੀ ਇੰਪੋਰਟੈਂਟ ਹੈਗਾ, ਜਿਸ ਲਈ ਤੁਸੀਂ ਉੱਥੇ ਜਾਂਦੇ ਹੋ, ਆਪਣੀ ਕਮਿਊਨਿਟੀ ਦੇ ਲੋਕਾਂ ਨੂੰ ਮਿਲਦੇ ਹੋ, ਬਹੁਤ ਸਾਰੇ ਲੋਕਾਂ ਨੂੰ ਸ਼ਾਇਦ ਬਹੁਤ ਅਰਸੇ ਬਾਅਦ ਮਿਲਦੇ ਹੋ, ਜਾਂ ਕੁਝ ਨਵੇਂ ਲੋਕਾਂ ਨੂੰ ਵੀ ਮਿਲਣ ਦਾ ਮੌਕਾ ਮਿਲਦਾ ਹੈ, ਸਟੇਜ 'ਤੇ ਜੋ ਕੁਛ ਹੁੰਦਾ ਉਹਦੇ ਨਵੇਂ ਲੋਕਾਂ ਨੂੰ ਜਾਣਨ ਦਾ ਵੀ ਮੌਕਾ ਮਿਲਦਾ ਹੈ, ਬਹੁਤ ਸਾਰੇ ਐਕਟਰਸ ਜਾਂ ਲੋਕ ਆ ਕੇ ਸਟੇਜ 'ਤੇ ਪਰਫੋਰਮ ਕਰਦੇ ਹਨ, ਜ਼ਰੂਰੀ ਨਹੀਂ ਕਿ ਉਹ ਐਸਟੈਬਲਿਸ਼ਡ ਹੀ ਹੋਣ, ਕੁਝ ਨਵੇਂ ਬੰਦੇ ਵੀ ਆ ਕੇ ਪਰਫੋਰਮ ਕਰਦੇ ਹਨ, ਬਿਲਕੁਲ ਸਹੀ, ਅਤੇ ਉਹਨਾਂ ਦੀ ਪ੍ਰਤਿਭਾ ਵੀ ਦੇਖਣ ਦਾ ਮੌਕਾ ਮਿਲਦਾ ਹੈ, ਅਤੇ ਇਟ ਇਜ਼ ਵੈਰੀ 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 ਇਨਕਰੇਜਿੰਗ, ਔਰ ਬਹੁਤ ਹੀ ਚੰਗਾ ਕਦਮ ਹੈ, ਔਰ ਬਹੁਤ ਸਾਰੇ ਲੋਕਾਂ ਨੂੰ ਅੱਛਾ ਵੀ ਲੱਗੇਗਾ ਔਰ ਫਾਇਦਾ ਵੀ ਹੋਏਗਾ। ਬਿਲਕੁਲ ਸਹੀ ਫਰਮਾਇਆ ਤੁਸੀਂ ਦੋਸਤੋ। ਪਵਨ ਰਾਜ ਮਲਹੋਤਰਾ ਜੀ ਨਾਲ ਗੱਲਾਂ ਬਾਤਾਂ ਹਜੇ ਹੋਰ ਵੀ ਕਰਨੀਆਂ ਨੇ ਆਪਾਂ, ਤੁਸੀਂ ਕਿਤੇ ਨਾ ਜਾਓ ਜੀ, ਇੱਕ ਨਿੱਕੀ ਜਿਹੀ ਬ੍ਰੇਕ ਲੈਂਦੇ ਇੱਥੇ ਆਪਾਂ, ਅਤੇ ਜਿੰਨਾ ਕੁ ਟਾਈਮ ਵੀ ਤੁਸੀਂ ਇੱਥੇ ਆਏ ਹੋ, ਇੱਕ ਤਾਂ ਮੈਨੂੰ ਪੰਜਾਬ ਆਉਣਾ ਬੜਾ ਚੰਗਾ ਲੱਗਦਾ, ਪੰਜਾਬ ਦੇ ਲੋਕਾਂ ਦਾ ਦਿਲ ਉਹਨਾਂ ਦੀ ਛਾਤੀਆਂ ਤੋਂ ਵੱਡਾ, ਔਰ ਸਾਡਾ ਢੋਲ ਚਾਹੇ 3 ਬੀਟ ਹੋਣ ਦੁਨੀਆ 'ਚ, ਕਿਤੇ ਵੀ ਵਜਾ ਦਿਓ ਪੈਰ ਟੈਪ ਹੋ ਜਾਂਦਾ। ਵੈਰੀ ਪ੍ਰਾਊਡ ਟੂ ਬੀ ਏ ਪੰਜਾਬੀ, ਬਸ ਪੰਜਾਬੀ ਫਿਲਮਾਂ 'ਚ ਕੰਮ ਮਿਲਦਾ ਰਹੇ, ਐਸੀ ਬਹਾਨੇ ਮੈਂ ਪੰਜਾਬ ਆਉਂਦਾ ਰਹਾਂ। ਬ੍ਰੇਕ ਤੋਂ ਬਾਅਦ ਬੇਲੀਓ, ਇੱਕ ਵਾਰ ਫਿਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ PTC ਸਟਾਰ ਸਪੀਕਸ ਦੇ ਵਿੱਚ, ਅਤੇ ਮੈਂ ਤੁਹਾਡੀ ਮੁਲਾਕਾਤ ਕਰਵਾ ਰਿਹਾ ਜੀ ਪਵਨ ਰਾਜ ਮਲਹੋਤਰਾ ਜੀ ਨਾਲ, ਵਰਸਟਾਈਲ ਐਕਟਰ। ਕਿਨੇ ਜਦੋਂ ਮੈਂ ਪਹਿਲੀ ਦਫ਼ਾ ਤੁਹਾਨੂੰ ਮਤਲਬ ਵੇਖਿਆ ਸੀਗਾ, ਅਤੇ ਤੁਹਾਡਾ ਇੱਕ ਨਾ ਬੜਾ ਜਵੀ ਮੈਟ ਵਿੱਚ ਮੈਂ ਤੁਹਾਡੀ ਐਕਟਿੰਗ ਖੁੱਲ੍ਹ ਕੇ ਦੇਖੀ ਹੈਗੀ ਉੱਥੇ ਨਾ, ਤਾਂ ਮੈਂ ਕਿਹਾ ਯਾਰ ਸਰਦਾਰ ਦਾ ਕਰੈਕਟਰ ਕਿੱਡਾ ਜ਼ਬਰਦਸਤ ਕੀਤਾ ਇਹਨਾਂ ਨੇ, ਕਮਾਲ ਸੀਗਾ, ਬਾ ਕਮਾਲ ਸੀਗਾ, ਉਹਦੇ ਵਿੱਚ ਕੋਈ ਸ਼ੱਕ ਨਹੀਂ ਹੈਗੀ। ਥੈਂਕ ਯੂ, ਬਹੁਤ ਬਹੁਤ ਧੰਨਵਾਦ। ਵਾਕਈ ਜੀ, ਇਹ ਮਤਲਬ ਜਿਹੜੇ ਤੁਹਾਡੀ ਹੈਗੀ ਹੈ ਸਿੱਖਿਆ ਤੁਸੀਂ ਹੋਇਆ, ਇੰਸਪੀਰੇਸ਼ਨ ਹੋਰਾਂ ਲਈ ਬਣਦੀ ਜਾਂਦੀ ਹੈ ਸਾਰੀ, ਵੀ ਅਸੀਂ ਵੀ ਇੰਨਾ ਕੁਝ ਇਹਦੇ ਵਿੱਚੋਂ 10% ਵੀ ਕਰ ਲਈਏ, 5% ਵੀ ਕਰ ਲਈਏ ਤਾਂ ਬਹੁਤ ਕੁਝ ਹੋ ਜਾਣਾ। ਵਾਕਈ ਜੀ, ਵਾਕਈ ਪਰਮਾਤਮਾ ਦੇ ਹੱਥ 'ਚ। ਅੱਛਾ, ਵਰਸੈਟੈਲਿਟੀ ਦੀ ਜੇ ਆਪਾਂ ਗੱਲ ਕਰੀਏ, ਤਾਂ ਹੁਣ ਪੰਜਾਬੀ ਫਿਲਮਾਂ ਆਪਣਾ ਜਿਹੜਾ ਦਾਇਰਾ ਹੈਗਾ, ਜਿੱਦਾਂ ਕਿ ਆਪਾਂ ਪਹਿਲਾਂ ਵੀ ਗੱਲ ਕਰ ਚੁੱਕੇ, ਵਧਾ ਰਹੇ ਨੇ ਹੌਲੀ ਹੌਲੀ, ਸਬਜੈਕਟ ਓਰੀਐਂਟਡ ਮੂਵੀਜ਼ ਹੋ ਰਹੀਆਂ ਨੇ। ਤੁਸੀਂ ਪਹਿਲਾਂ ਵੀ ਜਿਹੜੀ ਮੂਵੀ ਕੀਤੀ ਹੈ ਪੰਜਾਬ 1984, ਉਹ ਇੱਕ ਪੀਰੀਅਡ ਨੂੰ ਸ਼ੋਅ ਕਰਦੀ ਸੀਗੀ, ਇਹ ਜਨਮ ਤੁਹਾਰੇ ਲੇਖੇ ਇਹ ਵੀ ਇੱਕ ਪੀਰੀਅਡ ਨੂੰ ਸ਼ੋਅ ਕਰਦੀ ਹੈ। ਤੁਹਾਨੂੰ ਕੀ ਲੱਗਦਾ, ਇੱਕ ਟਰੈਂਡ ਸ਼ੁਰੂ ਹੋ ਜਾਏਗਾ ਪੰਜਾਬੀ ਮੂਵੀਜ਼ ਦੇ ਵਿੱਚ ਕਿ ਇੱਕ ਸਬਜੈਕਟ ਓਰੀਐਂਟਡ ਮੂਵੀਜ਼ ਆਉਣਗੀਆਂ ਅੱਗੇ? ਨਹੀਂ, ਹਰ ਤਰ੍ਹਾਂ ਦੀ ਫਿਲਮਾਂ ਬਣਨੀ ਚਾਹੀਦੀਆਂ। ਹਾਂਜੀ, ਮੈਂ ਤਾਂ ਕਹਿੰਦਾ ਕਿ ਫਿਲਮ ਮੇਕਿੰਗ ਆਪਣੇ ਆਪ ਹੀ ਗੁਲਦਸਤਾ ਜਿਹਦੇ ਹਰ ਰੰਗ ਦਾ ਫੁੱਲ ਹੋਣਾ ਚਾਹੀਦਾ। ਇਹ ਤਾਂ ਹੈ ਜੀ, ਜ਼ਰੂਰੀ ਨਹੀਂ ਹੈ ਕਿ ਸਾਨੂੰ ਕੋਈ ਬਹੁਤ ਹੀ ਹਰ ਵਾਰ ਸੀਰੀਅਸ ਹੀ ਗੱਲ ਕਰਨੀ ਹੈ ਜੀ, ਔਰ ਜ਼ਰੂਰੀ ਨਹੀਂ ਕਿ ਬਸ ਜੇ ਇਹ ਕਾਮੇਡੀ ਚਲਦੀ ਤਾਂ ਕਾਮੇਡੀ ਬਣਾਉਣੀ ਹੈ, ਜਾਂ ਐਕਸ਼ਨ ਹੀ ਸਿਰਫ ਬਣਾਉਣਾ। ਕੋਈ ਫਿਲਮ ਹੋ ਸਕਦੀ ਜਿਹੜੀ ਟੋਟਲ ਐਕਸ਼ਨ ਬੇਸਡ ਹੋਏ, ਉਹਦੀ ਕਹਾਣੀ ਇਹੋ ਜਿਹੀ ਹੋ ਸਕਦੀ ਹੈ। ਇਹ ਤਾਂ ਹੈ, ਕੁਛ ਕਿਰਦਾਰ ਬੜੇ ਇੰਟਰਸਟਿੰਗ ਐਸੇ ਹੋ ਸਕਦੇ ਹਨ ਕਿ ਜਿਹੜਾ ਸਿਰਫ ਅਸੀਂ ਥੀਏਟਰ 'ਚ ਆਈਏ ਤਾਂ ਹੱਸਦੇ ਹੱਸਦੇ ਬਾਹਰ ਜਾਈਏ। ਕੁਛ ਕਹਾਣੀਆਂ ਐਸੀ ਹੁੰਦੀਆਂ ਹਨ ਕਿ ਜ਼ਰੂਰੀ ਨਹੀਂ ਹੈ ਕਿ ਅਸੀਂ ਕੋਈ ਸੋਲਿਊਸ਼ਨ ਦੇਈਏ, ਪਰ ਇੱਕ ਸਵਾਲ ਉਠਾ ਸਕਦੇ ਹਾਂ। ਰਾਈਟ, ਔਰ ਕੋਈ ਵੀ ਫਿਲਮ ਵੇਖ ਕੇ ਜੇ ਤੁਸੀਂ ਬਾਹਰ ਆ ਕੇ ਘਰ ਜਾ ਕੇ ਉਹਦੇ ਬਾਰੇ ਸੋਚਦੇ ਹੋ, ਐਗਰੀ ਕਰੋ ਜਾਂ ਡਿਸਐਗਰੀ ਕਰੋ, ਅਤੇ ਉਹ ਛਾਪ ਛੱਡੀ ਉਹਨੇ, ਹਾਂ ਉਹਦਾ ਕੰਮ ਹੋ ਗਿਆ। ਕੋਈ ਵੀ ਕਹਾਣੀ ਸੁਣਾ ਰਹੇ ਹੋ, ਹਰ ਰੋਜ਼ ਇੱਕ ਨਵੀਂ ਨਵੀਂ ਤੁਸੀਂ ਕਿਤਾਬਾਂ ਵੀ ਪੜ੍ਹਦੇ ਹੋ, ਤਾਂ ਇੱਕੋ ਜਿਹੀ ਨਹੀਂ ਪੜ੍ਹੋਗੇ। ਅਗਰ ਕਹਾਣੀਆਂ ਪੜ੍ਹਨ ਦਾ ਕਿਸੇ ਨੂੰ ਸ਼ੌਕ ਹੈ, ਅਲੱਗ ਅਲੱਗ ਕਹਾਣੀਆਂ ਢੂੰਡਦਾ,
ਔਰ ਐਸਾ ਜ਼ਰੂਰੀ ਨਹੀਂ ਕਿ ਹਰ ਵਾਰ ਕੁਛ ਪੀਰੀਅਡ ਹੀ ਬਣਾਉਣਾ, ਹਾਂਜੀ ਹਾਂ, ਕੰਟੈਂਪਰੇਰੀ ਗੱਲਾਂ ਵੀ ਹੋ ਸਕਦੀਆਂ ਹਨ, ਸਹੀ ਗੱਲ ਹੈ, ਆਉਣ ਵਾਲਾ ਫਿਊਚਰ ਦੀ ਵੀ ਹੋ ਸਕਦੀ ਹਨ, ਜਦ ਹਾਲੀਵੁੱਡ ਵਾਲੇ ਬਣਾ ਸਕਦੇ ਹਨ ਤਾਂ ਅਸੀਂ ਕਿਉਂ ਨਹੀਂ ਸੋਚ ਸਕਦੇ, ਸਹੀ ਗੱਲ ਹੈ, ਔਰ ਐਸਾ ਕੁਛ ਤੈਅ ਨਹੀਂ ਕਿ ਇਹੋ ਜਿਹਾ ਹੀ ਕਰਨਾ ਚਾਹੀਦਾ, ਆਰਟਿਸਟ ਦਾ ਮਤਲਬ ਹੈ ਉਹ ਤਰ੍ਹਾਂ ਤਰ੍ਹਾਂ ਦੀ ਗੱਲਾਂ ਕਰ ਸਕੇ, ਅਲੱਗ ਅਲੱਗ ਕਹਾਣੀਆਂ ਦਾ ਹਿੱਸਾ ਅਸੀਂ ਹੋ ਸਕੀਏ, ਅਲੱਗ ਅਲੱਗ ਫਿਲਮਾਂ ਬਣਾਈਏ, ਲੋਕਾਂ ਨੂੰ ਵੀ ਸਵਾਦ ਆਏਗਾ, ਲੋਕੀ ਵੀ ਆ ਸਕਦੇ, ਐਸਾ ਕੁਛ ਕਰੀਏ ਕਿ ਹਫ਼ਤੇ 'ਚ ਅਗਰ ਤਿੰਨ ਫਿਲਮਾਂ ਆਈਆਂ, ਤਿੰਨੋਂ ਇੰਨੀ ਅਲੱਗ ਹੋਣ ਔਰ ਇੰਨੀ ਸੋਹਣੀਆਂ ਹੋਣ ਕਿ ਆਡੀਅੰਸ ਕਹਿਣ ਜੀ ਤਿੰਨੋਂ ਜਾ ਕੇ ਵੇਖਣੀਆਂ। ਵਾਕਈ ਸਹੀ ਗੱਲ ਕਰ ਰਹੇ ਤੁਸੀਂ ਇੱਥੋਂ। ਇਹ ਜਨਮ ਤੁਹਾਰੇ ਲੇਖੇ ਦੇ ਵਿੱਚ ਜਿਹੜਾ ਤੁਸੀਂ ਕਿਰਦਾਰ ਨਿਭਾਇਆ ਹੈਗਾ ਭਗਤ ਪੂਰਨ ਸਿੰਘ ਜੀ ਦਾ, ਉਹਦੇ ਲਈ ਤੁਸੀਂ ਬੋਂਬੇ ਦੀ ਚਕਾਚੌਂਦ ਵਾਲੀ ਜ਼ਿੰਦਗੀ ਹੈ ਇੱਕ ਤਾਂ ਜਿੱਥੇ ਤੁਸੀਂ ਰਹਿੰਦੇ ਹੋ, ਅਤੇ ਇੱਧਰ ਅੰਮ੍ਰਿਤਸਰ ਇੱਕ ਪਿੰਗਲਵਾੜਾ ਦੇ ਵਿੱਚ ਆ ਕੇ ਤੁਸੀਂ ਕਾਫੀ ਟਾਈਮ ਵਕਤ ਗੁਜ਼ਾਰਿਆ, ਜਿਹੜਾ ਉਹਨਾਂ ਬੱਚਿਆਂ ਦੇ ਵਿੱਚ ਵਕਤ ਗੁਜ਼ਾਰਨਾ ਸੀ, ਉਹ ਤਜ਼ਰਬਾ ਕਿਹੋ ਜਿਹਾ ਸੀ ਤੁਹਾਡਾ? ਇੱਕ ਤਾਂ ਦੁਨੀਆ 'ਚ ਤੁਸੀਂ ਕਦੀ ਵੀ ਕਿਸੇ ਨੂੰ ਮਿਲੋਗੇ ਤੁਹਾਨੂੰ ਕੁਛ ਮਿਲਦਾ ਹੀ ਹੈ, ਇਹ ਤਾਂ ਹੈ ਜੀ, ਹਮੇਸ਼ਾ ਸਿੱਖਣ ਨੂੰ ਮਿਲਦਾ, ਬਿਲਕੁਲ। ਔਰ ਪਿੰਗਲਵਾੜੇ ਦੀ ਜਗ੍ਹਾ 'ਤੇ ਮੈਂ ਕਦੀ ਪਹਿਲੇ ਇਸ ਤੋਂ ਪਹਿਲੇ ਕਦੀ ਵਕਤ ਬਿਤਾਇਆ ਨਹੀਂ ਸੀ, ਅਗਰ ਕਦੀ ਇਸ ਤਰ੍ਹਾਂ ਮਿਲਣਾ ਹੋਣਾ ਵੀ ਹੋਇਆ ਤਾਂ ਇੱਕ ਤਾਂ ਥੋੜ੍ਹੇ ਲੋਕ ਹੈਂਡੀਕੈਪ ਅਗਰ ਕਿਸੇ ਨੂੰ ਮਿਲਿਆ ਜਾਂ ਕੁਛ ਜੀ, ਜਾਂ ਫਿਰ ਬਹੁਤ ਥੋੜ੍ਹਾ ਟਾਈਮ ਬਿਤਾਇਆ, ਬਿਲਕੁਲ ਜੀ, ਇਹ ਫਿਲਮ ਦੇ ਕਾਰਨ ਰੱਬ ਨੇ ਸ਼ਾਇਦ ਉੱਥੇ ਲਿਆ ਕੇ ਮੈਨੂੰ ਰੱਖਿਆ ਤਾਂ ਕਿ ਥੋੜ੍ਹਾ ਥੋੜ੍ਹਾ ਮੈਂ ਟਾਈਮ ਬਿਤਾਵਾਂ, ਔਰ ਮੈਂ ਸੱਚੀ ਗੱਲ ਹੈ ਕਿ ਐਜ਼ ਐਨ ਐਕਟਰ ਆਪਣੇ ਕੈਰੈਕਟਰ ਨੂੰ ਵੀ ਅਪਰੋਚ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ, ਪਰ ਉਹ ਬੱਚੇ ਤੁਹਾਨੂੰ ਬਹੁਤ ਕੁਛ ਸਿਖਾਉਂਦੇ ਨੇ, ਜਿਵੇਂ ਪੁੱਛਿਆ ਜਾ ਰਿਹਾ ਕਿ ਗਾਣਿਆਂ 'ਚ ਹੈਗੇ ਸੀ ਜਾਂ ਫਿਲਮਾਂ 'ਚ ਉਹਨਾਂ ਨੇ ਐਕਟਿੰਗ ਕੀਤੀ ਹੈ, ਉਹਨਾਂ ਨੂੰ ਸਮਝ ਆਉਂਦਾ ਸੀ, ਡੈਫ ਐਂਡ ਡਬ ਬੱਚੇ ਹੈਗੇ ਜਿਹੜੇ ਨਾ ਸੁਣ ਸਕਦੇ ਨੇ ਨਾ ਬੋਲ ਸਕਦੇ ਨੇ, ਪਰ ਤੁਸੀਂ ਉਹਨਾਂ ਨੂੰ ਨੱਚਦੇ ਦੇਖੋ ਅਤੇ ਵੱਡੇ ਵੱਡੇ ਉਹਨੇ ਨਹੀਂ ਨੱਚ ਪਾਉਣਗੇ, ਉਹ ਜਿਹੜਾ ਪੰਛੀ ਬਣ ਕੇ ਜੇ ਚੱਲ ਵੀ ਰਹੇ ਅਤੇ ਉਹਨਾਂ ਦੀ ਚਾਲ 'ਚ ਉਹਨਾਂ ਦੀ ਅੱਖ 'ਚ ਚਮਕ ਹੈਗੀ ਹੈ, ਕਿਆ ਬਾਤ ਹੈ, ਉਹ ਅਤੇ ਉਹ ਤੁਹਾਨੂੰ ਸਿਖਾਉਂਦੇ ਨੇ ਕਿ ਅਗਰ ਜ਼ਿੰਦਗੀ 'ਚ ਇੱਧਰ ਘੱਟ ਹੈ ਅਤੇ ਇੱਧਰ ਇੱਧਰ ਵੀ ਜ਼ਰਾ ਇੱਕ ਵਾਰ ਨਜ਼ਰ ਮਾਰ ਲਓ, ਇੱਧਰ ਵਾਧਾ ਵੀ ਹੈਗਾ ਜੇ, ਅਤੇ ਉਹ ਰੱਬ ਨੇ ਬੈਲੈਂਸ ਵੀ ਕੀਤਾ ਹੋਇਆ, ਔਰ ਹਮੇਸ਼ਾ ਸਿਰ ਸੁੱਟਣ ਦੀ ਲੋੜ ਨਹੀਂ ਹੈ, ਕੁਛ ਕਮੀ ਹੋਏਗੀ ਤਾਂ ਫਿਰ ਖੜ੍ਹੇ ਵੀ ਹੋ ਜਾਓ, ਆਪਣੀ ਕੋਸ਼ਿਸ਼ ਕਰੋ ਅਤੇ ਖੜ੍ਹੇ ਹੋ ਜਾਓਗੇ, ਔਰ ਉੱਥੇ ਜੇ ਬੱਚਿਆਂ ਨੂੰ ਤੁਸੀਂ ਦੇਖੋਗੇ ਉਹਦੇ ਵਿੱਚ ਭਗਤ ਪੂਰਨ ਸਿੰਘ ਜੀ ਦਾ ਵੀ ਕੰਟਰੀਬਿਊਸ਼ਨ ਹੈ, ਜੋ ਵਿਰਾਸਤ ਛੱਡ ਕੇ ਗਏ ਜਿਹੜੇ ਲੋਕ ਅੱਜ ਚਲਾ ਰਹੇ ਨੇ, ਜਿਹੜੇ ਜੁੜੇ ਹੋਏ ਨੇ ਅੱਜ ਪਿੰਗਲਵਾੜੇ ਨਾਲ, ਉਹ ਵੀ ਇਹੋ ਜਿਹਾ ਇੰਨਾ ਸੋਹਣਾ ਕੰਮ ਕਰ ਰਹੇ ਨੇ ਕਿ ਤੁਸੀਂ ਜੇ ਉੱਥੇ ਬੱਚਿਆਂ ਨੂੰ ਮਿਲੋਗੇ ਅਤੇ ਉਹ ਆਪਣੇ ਆਪ ਨੂੰ ਉਹਨਾਂ ਦੀ ਹੀਨ ਭਾਵਨਾ ਨਹੀਂ ਹੈਗੀ ਜੀ, ਉਹਨਾਂ ਦੀ ਜਿਹੜੀ ਪੜ੍ਹਾਈ ਹੋ ਰਹੀ ਹੈ ਉਹ ਵੀ ਚੰਗੀ ਹੋ ਰਹੀ ਹੈ, ਔਰ ਉਹਨਾਂ ਵਿੱਚ ਉਹਨਾਂ ਨੂੰ ਦੇਖੋਗੇ ਤਾਂ ਉਹਨਾਂ ਦੇ ਜਿਹੜਾ ਬੋਡੀ ਦਾ ਗੇਟ ਹੈਗਾ ਜਿਸ ਤਰ੍ਹਾਂ ਚੱਲਦੇ ਨੇ, ਜੋ ਉਹਨਾਂ ਦੀ ਬੋਡੀ ਲੈਂਗੁਏਜ ਹੈਗੀ ਹੈ ਉਹ ਇੱਕ ਕੰਫੀਡੈਂਟ ਬੱਚੇ ਵਾਲੀ ਹੈਗੀ, ਵਾਕਈ ਜੀ ਇੱਕ ਆਪਣੇ ਤਰ੍ਹਾਂ ਦਾ ਐਟੀਟਿਊਡ ਉਹਨਾਂ ਦੇ ਵਿੱਚ ਹੁੰਦਾ, ਮੈਂ ਵੇਖਿਆ ਇੱਕ ਵਾਰ ਵਾਕਈ। ਅੱਛਾ ਇਹ ਫਿਲਮ ਦੇ ਦੌਰਾਨ ਤੁਹਾਨੂੰ ਉੱਥੇ ਜਿੱਦਾਂ ਕਿ ਡਾਇਰੈਕਟਰ ਅਤੇ ਰਾਈਟਰ ਹਰਜੀਤ ਸਿੰਘ ਜੀ ਦੇ ਦੌਰਾਨ ਤੁਹਾਨੂੰ ਉੱਥੇ ਉਹਨਾਂ ਦੇ ਜ਼ਰੀਏ ਇਨਫੈਕਟ ਮੌਕਾ ਮਿਲਿਆ ਕਿ, ਅਤੇ ਮੈਂ ਇੱਥੇ ਇੱਕ ਸਵਾਲ ਮੇਰੇ ਜ਼ਹਿਨ 'ਚ ਆ ਰਿਹਾ ਕਿ ਤੁਸੀਂ ਪਹਿਲੀ ਫਿਲਮ ਜਿਹੜੀ ਕੀਤੀ ਪੰਜਾਬ 1984 ਉਹਨਾਂ ਦੇ ਡਾਇਰੈਕਟਰ ਸੀਗੇ ਅਨੁਰਾਗ ਸਿੰਘ ਜੀ, ਅਤੇ ਉਹ ਯੰਗ ਇੱਕ ਯੰਗ ਬੜਿੰਗ ਟੈਲੈਂਟ ਜਿਹਨੂੰ ਕਹਿ ਸਕਦੇ ਹਾਂ ਕਿ ਨਹੀਂ, ਅਤੇ ਹੁਣ ਜਿਹੜਾ ਤੁਸੀਂ ਕੰਮ ਕੀਤਾ ਇਹ ਜਨਮ ਤੁਹਾਰੇ ਲੇਖੇ, ਇੱਕ ਵੈਟਰਨ ਐਕਟਰ ਡਾਇਰੈਕਟਰ ਰਾਈਟਰ ਕਹਿ ਸਕਦੇ ਹਾਂ ਜੀ ਕਿ ਨਹੀਂ, ਐਕਟਰ ਹੁੰਦਾ ਹੀ ਆ ਡਾਇਰੈਕਟਰ ਦੇ ਅੰਦਰ, ਤਾਂ ਉਹਨਾਂ ਨਾਲ ਕੰਮ ਕੀਤਾ, ਕੀ ਫਰਕ ਤੁਸੀਂ ਮਹਿਸੂਸ ਕੀਤਾ ਇਹ ਦੋ ਜਨਰੇਸ਼ਨ ਦੇ ਵਿੱਚ? ਇੱਕ ਤਾਂ ਥੋੜ੍ਹਾ ਜਿਹਾ ਪਰਸਨੈਲਿਟੀ ਫਰਕ ਹੈ, ਅਨੁਰਾਗ ਇਜ਼ ਯੰਗ, ਹਾਂਜੀ ਹਾਂ, ਔਰ ਸਾਡੇ ਡਾਇਰੈਕਟਰ ਸਾਹਿਬ ਬਹੁਤ ਹੀ, ਉਹਨਾਂ ਨੂੰ ਬੁਲਵਾਉਣਾ ਪੈਂਦਾ ਸੀ, ਅੱਛਾ ਜੀ, ਬਹੁਤ ਜ਼ਹੀਨ, ਔਰ ਇਨਫੈਕਟ ਉਹ ਪੂਰਾ ਪਰਿਵਾਰ ਬਹੁਤ ਪੜ੍ਹਿਆ ਲਿਖਿਆ ਸੀ, ਮੈਂ ਬੜਾ ਖੁਸ਼ਕਿਸਮਤ ਹਾਂ ਕਿ ਫਿਲਮਾਂ ਦੇ ਜ਼ਰੀਏ ਹੁਣ ਤਾਂ ਨਾਓ ਆਈ ਨੋ ਦੈਮ, ਬਿਲਕੁਲ, ਜਦ ਵੀ ਬੈਠੋਗੇ ਹਮੇਸ਼ਾ ਕੁਛ ਮਿਲੇਗਾ ਹੀ ਉੱਥੋਂ, ਸਿੱਖਣ ਨੂੰ ਮਿਲੇਗਾ ਜੀ, ਸਿੱਖਣ ਨੂੰ ਮਿਲੇਗਾ, ਔਰ ਬਹੁਤ ਪੜ੍ਹੇ ਲਿਖੇ ਲੋਕ ਨੂੰ ਸ਼ਾਇਦ ਬਹੁਤ ਆਪਣੀ ਗੱਲ ਵਿਗਾੜਨਗੇ ਨਹੀਂ, ਪਰ ਜਦ ਵੀ ਬੈਠੋਗੇ ਹਰ ਵਾਰ ਇੱਕ ਨਵੀਂ ਚੀਜ਼ ਸਿੱਖਣ ਨੂੰ ਮਿਲਦੀ ਹੈ, ਉਹਨਾਂ ਦੇ ਜਿਹੜਾ ਆਚਰਣ ਹੈਗਾ ਉੱਥੋਂ ਵੀ, ਉਹਨਾਂ ਦੀ ਜਿਹੜੀ ਬੁੱਧੀ ਹੈਗੀ ਉੱਥੋਂ ਵੀ, ਅਤੇ ਮੈਂ ਬਹੁਤ ਖੁਸ਼ਕਿਸਮਤ ਹਾਂ ਕਿ ਉਹਨਾਂ ਨਾਲ ਕੰਮ ਕੀਤਾ ਹੈ, ਦੁਬਾਰਾ ਅਗਰ ਉਹਨਾਂ ਨਾਲ ਕੰਮ ਕਰਨ ਦਾ ਮੌਕਾ ਮਿਲੇਗਾ ਤਾਂ ਬਾਰ ਬਾਰ ਕਰਾਂਗਾ, ਔਰ ਕੰਮ ਦੇ ਇਲਾਵਾ ਵੀ ਜਦੋਂ ਵੀ ਮੈਨੂੰ ਉਹਨਾਂ ਨਾਲ ਵਕਤ ਬਿਤਾਉਣ ਦਾ ਮੌਕਾ ਮਿਲੇਗਾ ਮੈਂ ਜ਼ਰੂਰ ਬਿਤਾਉਣਾ ਚਾਹਾਂਗਾ, ਕਿਉਂਕਿ ਹਰ ਵਾਰ ਮੈਨੂੰ ਐਜ਼ ਅ ਪਰਸਨ ਮਨੁੱਖ ਦੇ ਨਾਤੇ ਵੀ ਔਰ ਆਰਟਿਸਟ ਦੇ ਨਾਤੇ ਵੀ ਹਰ ਵਾਰ ਕੁਛ ਨਾ ਕੁਛ ਮਿਲਦਾ ਜੀ। ਵਾਹ ਜੀ ਵਾਹ, ਕਿਆ ਹੀ ਬਾਤ ਹੈ। ਹੁਣ ਜੇ ਆਪਾਂ ਗੱਲ ਕਰੀਏ, ਕਿਉਂਕਿ ਹੁਣ ਤੁਸੀਂ ਬਹੁਤ ਲੰਬਾ ਅਰਸਾ ਤਾਂ ਨਹੀਂ ਆਪਾਂ ਕਹਿ ਸਕਦੇ ਫਿਲਮਾਂ ਵਿੱਚ ਗੁਜ਼ਾਰਾ, ਪੰਜਾਬੀ ਫਿਲਮਾਂ ਵਿੱਚ, ਅਤੇ ਜਿੰਨਾ ਕੁ ਟਾਈਮ ਵੀ ਤੁਸੀਂ ਇੱਥੇ ਆਏ ਹੋ ਸ਼ੂਟ ਕਰਨ ਦੇ ਸਿਲਸਿਲੇ ਦੇ ਵਿੱਚ, ਤਾਂ ਕਿਹੜਾ ਸਭ ਤੋਂ ਯਾਦਗਾਰ ਪਲ ਰਿਹਾ ਫਿਲਮ ਦੀ ਸ਼ੂਟਿੰਗ ਦੌਰਾਨ ਜਾਂ ਪੰਜਾਬ ਘੁੰਮਦੇ ਵਕਤ ਜਾਂ ਕਿਧਰੇ ਵੀ ਬੈਠੇ ਹੋਏ ਪੰਜਾਬ ਦੇ ਵਿੱਚ ਇੱਕ ਯਾਦਗਾਰ ਪਲ? ਇੱਕ ਤਾਂ ਮੈਨੂੰ ਪੰਜਾਬ ਆਉਣਾ ਬੜਾ ਚੰਗਾ ਲੱਗਦਾ, ਔਰ ਮੈਂ ਇਸ ਗੱਲ ਦਾ ਬੜਾ ਗਰਵ ਹੈ ਕਿ ਮੇਰੇ ਐਨਸੈਸਟਰਸ ਜਿਹੜੇ ਹੈਗੇ ਨੇ, ਮੇਰੇ ਮਾਂ ਪਿਓ ਇਸ ਜ਼ਮੀਨ 'ਤੇ ਹੈਗੇ ਨੇ, ਮੈਂ ਤਾਂ ਦਿੱਲੀ ਖੈਰ ਪੈਦਾ ਹੋਇਆ,
ਪਰ ਮੈਨੂੰ ਪੰਜਾਬ ਆਉਣਾ ਬੜਾ ਚੰਗਾ ਲੱਗਦਾ ਔਰ ਮੈਂ ਹਮੇਸ਼ਾ ਕਹਿੰਦਾ ਪੰਜਾਬ ਦੇ ਲੋਕਾਂ ਦਾ ਦਿਲ ਉਹਨਾਂ ਦੀ ਛਾਤੀਆਂ ਤੋਂ ਵੱਡਾ ਹੈ। ਵਾਕਿਆ ਜੀ ਕਿਆ ਬਾਤ। ਔਰ ਛੋਟੇ ਛੋਟੇ ਬੜੇ ਸਾਰੇ ਇੰਸੀਡੈਂਟਸ ਹੁੰਦੇ ਨੇ ਕਿ ਇੱਥੇ ਰਸਤਾ ਵੀ ਪੁੱਛੋ ਤਾਂ ਬੰਦਾ ਕਹਿੰਦਾ ਜੀ ਚਾਹ ਪੀ ਲਓ, ਲੱਸੀ ਪੀ ਲਓ, ਔਰ ਪਿਆਉਂਦੇ ਨੇ, ਸਿਰਫ ਕਹਿੰਦੇ ਨਹੀਂ ਨੂੰ ਕਿ ਕਿਸੇ ਦੀ ਗੱਡੀ ਖਰਾਬ ਹੋ ਗਈ ਹੈ ਬਾਹਰ ਆ ਜਾਣਗੇ, ਆ ਜਾਓ ਜੀ ਰੋਟੀ ਦਾ ਟਾਈਮ ਤੁਸੀਂ ਬੈਠੋ, ਤੁਸੀਂ ਰੋਟੀ ਖਾਓ, ਸਾਡੇ ਬੰਦੇ ਤੁਹਾਡਾ ਟਾਇਰ ਚੇਂਜ ਕਰ ਦੇਣਗੇ। ਇਹ ਪੰਜਾਬ ਵਿੱਚ ਹੀ ਹੋ ਸਕਦਾ ਹੈ। ਔਰ ਜਿਹੋ ਜਿਹੀ ਹਿਸਟਰੀ ਹੈ ਸਾਡੀ, ਜਿਹੋ ਜਿਹਾ ਅਸੀਂ ਲੋਕੀ ਹੈਗੇ ਆ, ਜੋ ਜੋ ਅਸੀਂ ਝੇਲਿਆ ਫਿਰ ਵੀ ਅਸੀਂ ਵਾਪਿਸ ਖੜੇ ਹੋ ਜਾਂਦੇ ਹਾਂ। ਬਿਲਕੁਲ, ਉਹ ਕਹਿੰਦੇ ਜੀ ਹਰ ਥਰਡ ਜਨਰੇਸ਼ਨ ਸਕ੍ਰੈਚ ਤੋਂ ਸ਼ੁਰੂ ਕਰਦੀ ਹੈ। ਮੈਂ ਸਭ ਨੂੰ ਕਹਿੰਦਾ ਜੀ ਅਸੀਂ ਬਸਮਾਸੂ ਰਹਿ ਗਏ ਹਾਂ, ਫਿਰ ਖੜੇ ਹੋ ਜਾਂਦੇ ਹਾਂ। ਉਹ ਲੋਕੀ ਮਜ਼ਾਕ ਉਡਾਉਂਦੇ ਜੀ ਤੁਹਾਡਾ ਕਲਚਰ ਨਹੀਂ ਐਗਰੀਕਲਚਰ ਹੈ। ਇੱਕ ਦਿਨ ਮੈਂ ਕਿਸੇ ਨੂੰ ਬੋਲਿਆ ਬਈ ਐਸਾ ਹੈ ਕਿ ਜਿੰਨੇ ਵੀ ਪੰਜ ਸੱਤ ਜਿਹੜੀ ਕਹਾਣੀਆਂ ਰੋਮੈਂਸ 'ਤੇ ਲਿਖੀ ਗਈਆਂ ਉਹਦੇ 'ਚੋਂ ਪੰਜ ਪੰਜਾਬ ਦੀਆਂ, ਉਹ ਵੀ ਵਰਸ ਵਿੱਚ, ਮਾਡਰਨ ਉਰਦੂ ਦੇ ਪੋਇਟਸ ਇੱਥੋਂ ਹੈਗੇ ਨੇ, ਲਾਸਟ ਗ੍ਰੰਥ ਦੁਨੀਆ ਜਿਹੜਾ ਲਿਖਿਆ ਗਿਆ ਉਹ ਇੱਥੇ ਲਿਖਿਆ ਗਿਆ। ਬਿਲਕੁਲ ਜੀ, ਔਰ ਸਾਡਾ ਢੋਲ ਚਾਹੇ ਤਿੰਨ ਬੀਟ ਹੋਣ ਦੁਨੀਆ 'ਚ, ਕਿਤੇ ਵੀ ਵਜਾ ਦਿਓ ਪੈਰ ਟੈਪ ਹੋ ਜਾਂਦਾ। ਵੈਰੀ ਪ੍ਰਾਊਡ ਟੂ ਬੀ ਏ ਪੰਜਾਬੀ। ਔਰ ਧਿਆਨ ਨਾਲ ਦੇਖੋ ਤੇ ਪੰਜਾਬ ਵੀ ਸਭ ਚਿੰਨ ਉੱਤੇ ਕਰਕੇ ਚੱਲਦੇ ਜੇ, ਔਰ ਦਿਲਦਾਰ ਲੋਕ ਨੂੰ ਬਿਲਕੁਲ, ਔਰ ਜਿੰਨਾ ਪਿਆਰ ਮੁਹੱਬਤ ਪੰਜਾਬ ਵਿੱਚ ਤੁਹਾਨੂੰ ਮਿਲੇਗਾ ਜੀ, ਸ਼ਾਇਦ ਹੀ ਕਿਤੇ ਦੇਖਣ ਨੂੰ ਮਿਲਦਾ। ਆਈ ਐਮ ਵੈਰੀ ਪ੍ਰਾਊਡ ਟੂ ਬੀ ਪੰਜਾਬੀ। ਬਸ ਪੰਜਾਬੀ ਫਿਲਮਾਂ 'ਚ ਕੰਮ ਮਿਲਦਾ ਰਹੇ, ਐਸੀ ਬਹਾਨੇ ਮੈਂ ਪੰਜਾਬ ਆਉਂਦਾ ਰਹਾਂ। ਜਿਵੇਂ ਮੈਂ ਹਮੇਸ਼ਾ ਕਹਿੰਦੇ ਸੀ ਅਬਰੋਡ ਜਾਣਾ ਮੈਨੂੰ ਬੜਾ ਚੰਗਾ ਲੱਗਦਾ ਜੀ, ਲੰਡਨ ਵਗੈਰਾ ਕਦੀ ਘੁੰਮਣ ਵਾਸਤੇ। ਸਹੀ ਗੱਲ ਹੈ, ਪੰਜਾਬ ਜਿੰਨਾ ਆ ਸਕਾਂਗਾ ਜ਼ਰੂਰ ਆਉਣਾ ਚਾਹਾਂਗਾ। ਵਾਹ ਜੀ ਵਾਹ, ਔਰ ਰੱਬ ਕਰੇ ਇੱਥੇ ਚੰਗਾ ਕੰਮ ਮਿਲਦਾ ਰਹੇ। ਕਿਆ ਬਾਤ, ਆਪਣੀਆਂ ਗੱਲਾਂ ਦੇ ਜ਼ਰੀਏ ਪਵਨ ਜੀ ਨੇ ਪੂਰੇ ਪੰਜਾਬ ਨੂੰ ਇੰਨਾ ਪਿਆਰ ਦਿੱਤਾ ਕਿ ਹੁਣ ਸੰਭਾਲ ਲਿਓ ਸਾਰੇ ਜਣੇ ਇਸ ਪਿਆਰ ਨੂੰ ਵੀ ਸੰਭਾਲਿਓ, ਅਤੇ ਅਸੀਂ ਚਾਹੁੰਦੇ ਕਿ ਤੁਸੀਂ ਤਾਂ ਆਉਂਦੇ ਰਹੋ ਵਾਰ ਵਾਰ, ਜਿੱਦਾਂ ਕਿ ਮੈਂ ਪਹਿਲਾਂ ਵੀ ਜ਼ਿਕਰ ਕਰ ਚੁੱਕਿਆ। ਦੋਸਤੋ, ਇੱਥੇ ਵੇਲਾ ਇੱਕ ਬੇਸ਼ੱਕ ਬ੍ਰੇਕ ਦਾ ਹੋ ਗਿਆ, ਪਰ ਹਜੇ ਕੁਝ ਹੋਰ ਗੱਲਾਂ ਹੈਗੀਆਂ ਨੇ ਆਪਾਂ ਪਵਨ ਜੀ ਨਾਲ ਕਰ ਰਹੀਆਂ ਨੇ। ਇੱਕ ਨਿੱਕੀ ਜਿਹੀ ਬ੍ਰੇਕ, ਫਿਰ ਮਿਲਦੇ ਹਾਂ ਜੀ। ਪੰਜਾਬੀ ਫਿਲਮ ਬਣਾਉਣੀ ਹੈ, ਹਾਂਜੀ, ਅਤੇ ਥੋੜ੍ਹਾ ਜਿਹਾ ਪੰਜਾਬ ਨਾਲ ਬੰਦੇ ਦਾ ਕਨੈਕਸ਼ਨ ਹੋਣਾ ਚਾਹੀਦਾ। ਬਹੁਤ ਵੱਡਾ ਐਗਜ਼ਾਮਪਲ ਹੈ ਜਿੰਮੀ ਸ਼ੇਰਗਿੱਲ। ਜਿੰਮੀ ਸ਼ੇਰਗਿੱਲ ਦਾ ਤੁਸੀਂ ਕੋਈ ਕੰਮ ਦੇਖ ਲਓ ਬਾਲੀਵੁੱਡ 'ਚ, ਅੱਜ ਤੱਕ ਹਲਕਾ ਨਹੀਂ ਕੀਤਾ ਉਹਨੇ। ਮੋਸਟ ਆਫ ਦਾ ਬਿਗ ਸਟਾਰਸ ਪੰਜਾਬੀ ਰਹੇ, ਦਿਲੀਪ ਕੁਮਾਰ ਸਾਹਿਬ, ਯੂਸਫ ਸਾਹਿਬ ਵੀ ਪੰਜਾਬੀ ਸੀ। ਬ੍ਰੇਕ ਤੋਂ ਬਾਅਦ ਦੋਸਤੋ, ਇੱਕ ਵਾਰ ਫਿਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਪੀ ਟੀ ਸੀ ਸਟਾਰ ਸਪੀਕਸ ਦੇ ਵਿੱਚ, ਅਤੇ ਮੈਂ ਤੁਹਾਡੀ ਮੁਲਾਕਾਤ ਕਰਵਾ ਰਿਹਾ ਵਨ ਐਂਡ ਓਨਲੀ ਪਵਨ ਰਾਜ ਮਲਹੋਤਰਾ ਜੀ ਨਾਲ। ਸਰ, ਆਪਾਂ ਬਹੁਤ ਸਾਰੀਆਂ ਰੱਜ ਕੇ ਗੱਲਾਂ ਕੀਤੀਆਂ ਨੇ ਕਿ ਨਹੀਂ, ਅਤੇ ਇਹਨਾਂ ਗੱਲਾਂ ਵਿੱਚੋਂ ਮੈਨੂੰ ਤਾਂ ਬਹੁਤ ਕੁਝ ਸਿੱਖਣ ਨੂੰ ਮਿਲਿਆ, ਤਾਂ ਉਮੀਦ ਕਰਦਾ ਸਾਰੇ ਜਿਹੜੇ ਸਾਡੇ ਉੱਧਰ ਬੇਲੀ ਹੈਗੇ ਨੇ, ਤੁਹਾਡੇ ਫੈਨਸ ਹੈਗੇ ਨੇ, ਨਵੇਂ ਨਵੇਂ ਫੈਨਸ ਬਣੇ ਹੈਗੇ ਨੇ। ਮੈਨੂੰ ਵੀ ਸਵਾਦ ਆਇਆ ਔਰ ਮੌਕਾ ਮਿਲ ਰਿਹਾ ਵਾਕਈ ਪੰਜਾਬ ਨਾਲ ਗੱਲ ਕਰਨ ਦਾ, ਬੜਾ ਚੰਗਾ ਲੱਗ ਰਿਹਾ ਜੀ। ਸਹੀ, ਪੰਜਾਬ ਦੀ ਗੱਲ ਆਪਾਂ, ਤੁਸੀਂ ਬਹੁਤ ਵਿਸਤਾਰ ਨਾਲ ਪੰਜਾਬ ਨੂੰ ਦਿਲ ਖੋਲ੍ਹ ਕੇ ਪਿਆਰ ਕੀਤਾ, ਪਿਆਰ ਨੂੰ ਜ਼ਾਹਿਰ ਕੀਤਾ, ਉਹ ਸਭ ਤੋਂ ਵੱਡੀ ਗੱਲ ਹੈਗੀ ਕਿ ਨਹੀਂ, ਅਤੇ ਇਹਦੇ ਵਰਗੀ ਕੋਈ ਰੀਸ ਨਹੀਂ ਹੈਗੀ। ਅਤੇ ਇਹਦੇ ਵਿੱਚ ਮੈਂ ਇੱਕ ਗੱਲ ਪੁੱਛਣੀ ਚਾਹੁੰਦਾ ਕਿ ਕਿਹੜਾ ਇੱਕ ਅੱਧਾ ਇੱਦਾਂ ਦਾ ਪੰਜਾਬੀ ਗੀਤ ਹੈ ਜਿਹੜਾ ਤੁਸੀਂ ਸੁਣਨਾ ਪਸੰਦ ਕਰਦੇ ਹੋ? ਪੰਜਾਬ ਬੀਟ ਇਹੋ ਜਿਹੀ ਹੈਗੀ ਹੈ, ਤੁਸੀਂ ਜਿਹੜਾ ਸੁਣਾ ਦੋਗੇ। ਵੈਸੇ ਅੱਜ ਕੱਲ੍ਹ ਤਾਂ ਮੈਂ ਸਿਰਫ ਬਾਰ ਬਾਰ ਉਹੀ ਗਾਣਾ ਮੈਂ ਕੁੱਝੇ ਵਿੱਚ ਆਊਂਗਾ ਸਵਾਦ ਬਣ ਕੇ, ਬਾਰ ਉਹ ਮੇਰੇ ਮੂੰਹ 'ਤੇ ਉਹੀ ਚੜਿਆ ਹੋਇਆ ਹੈ, ਇਸ ਕਰਕੇ ਨਹੀਂ ਕਿ ਮੈਂ ਉਸ ਫਿਲਮ ਦਾ ਹਿੱਸਾ, ਪਰ ਉਹ ਗਾਣਾ ਪਤਾ ਨਹੀਂ ਕਿਉਂ ਥੋੜ੍ਹਾ ਅਟਕ ਜਾ ਗਿਆ, ਜਲਦੀ ਉਹੀ ਗਾਉਂਦਾ ਰਹਿੰਦਾ, ਪਰ ਤੁਸੀਂ ਜਿਹੜਾ ਸੁਣਵਾ ਦੋਗੇ ਉਹੀ ਸੁਣਾਂਗੇ। ਸਹੀ ਗੱਲ ਹੈ। ਅੱਛਾ, ਕਿਹੜੇ ਇੱਦਾਂ ਦੇ ਪੰਜਾਬੀ ਹੋਰ ਡਾਇਰੈਕਟਰਸ ਨੇ ਜਿਨ੍ਹਾਂ ਨਾਲ ਤੁਸੀਂ ਕੰਮ ਕਰਨਾ ਚਾਹੁੰਦੇ ਹੋ, ਜਾਂ ਫਿਰ ਚਾਹੁੰਦੇ ਹੋ ਕਿ ਬਾਲੀਵੁੱਡ ਦਾ ਆਹ ਡਾਇਰੈਕਟਰ ਪੰਜਾਬੀ ਫਿਲਮ ਵੀ ਬਣਾ ਦੇ ਤਾਂ ਹੋਰ ਮਜ਼ਾ ਆ ਜਾਏਗਾ? ਮੈਂ ਸਿਰਫ ਇਹ ਸੋਚਣਾ ਕਿ ਜੇ ਪੰਜਾਬੀ ਫਿਲਮ ਬਣਾਉਣੀ ਹੈ, ਹਾਂਜੀ, ਅਤੇ ਥੋੜ੍ਹਾ ਜਿਹਾ ਪੰਜਾਬ ਨਾਲ ਬੰਦੇ ਦਾ ਕਨੈਕਸ਼ਨ ਹੋਣਾ ਚਾਹੀਦਾ, ਚਾਹੇ ਬਾਲੀਵੁੱਡ ਤੋਂ ਹੈ ਜਾਂ ਪੰਜਾਬ ਤੋਂ ਹੋਏ, ਕਿਉਂਕਿ ਉਹ ਇਹ ਜਿਹੜੀ ਮਿੱਟੀ ਦੀ ਖੁਸ਼ਬੂ ਹੈ ਨਾ, ਉਹਦਾ ਥੋੜ੍ਹਾ ਜਿਹਾ ਉਹਨਾਂ ਨੂੰ ਅੰਦਾਜ਼ਾ ਹੋਣਾ ਚਾਹੀਦਾ। ਸਹੀ ਗੱਲ, ਉਹ ਬੜੇ ਸਾਰੇ ਲੋਕ ਸ਼ਾਇਦ ਸਮਝ ਨਹੀਂ ਪਾਉਣਗੇ, ਜਿਵੇਂ ਹੁਣ ਇਹ ਜਨਮ ਤੁਹਾਰੇ ਲੇਖੇ 'ਚ, ਹਾਂਜੀ, ਮੈਂ ਜੇ ਗੱਲ ਕਰ ਰਿਹਾ ਭਗਤ ਪੂਰਨ ਸਿੰਘ ਜੀ ਦਾ ਕਿਰਦਾਰ ਕਰ ਰਿਹਾ, ਔਰ ਉਹ ਗੱਲ ਕਰਦੇ ਹੋਏ ਇੱਕ ਮਾਂ ਵਾਕਨ ਲੜਿਆ ਕੇ ਗੱਲ ਕਰਦੇ ਨੇ, ਬੜੇ ਸਾਰੇ ਬਾਹਰ ਦੇ ਲੋਕ ਸ਼ਾਇਦ ਉਹਨੂੰ ਸਮਝ ਨਹੀਂ ਪਾਉਣਗੇ, ਪਰ ਇੱਥੇ ਇਹੀ ਓ ਤਰੀਕਾ ਹੈ ਕਿ ਮਿਲਦੇ ਨੇ ਕੀ ਹਾਲ ਹੈ ਬੱਲੀ, ਕਿੱਦਾਂ ਹੈ, ਇਹ ਸ਼ੁਰੂਆਤ ਹੀ ਇੰਝ ਹੁੰਦੀ ਹੈ। ਲੋਕਾਂ ਨੂੰ ਬਾਹਰ ਲੱਗਦਾ ਪੰਜਾਬੀ ਬੜੀ ਰਫ਼ ਹੈ, ਲੇਕਿਨ ਸਾਡੀ, ਮੈਂ ਹਮੇਸ਼ਾ ਕਹਿੰਦਾ ਉਸਨੇ ਕਹਾ ਤਾਂ ਕਹਾਣੀ ਸ਼ੁਰੂਆਤ ਹੁੰਦੀ ਹੈ, ਉਹ ਕਰਮਾਂ ਵਾਲੀ ਹੈ, ਉਹ ਭਾਗਾਂ ਵਾਲੀ ਹੈ, ਰਸਤਾ ਦੇ ਦੇ ਤਾਂਗੇ ਵਾਲਾ ਵੀ ਇੰਝ ਬੋਲਦਾ। ਸਹੀ ਗੱਲ ਜੀ, ਵਾਕਈ ਸਾਡਾ ਉਹ ਵੀ ਅਪਰੋਚ ਹੈਗੀ ਹੈ, ਬਿਲਕੁਲ ਜੀ, ਨਾ ਧੀਆਂ ਸਾਂਝੀਆਂ ਹੁੰਦੀਆਂ, ਇਹ ਵੀ ਇੱਕ ਅਪਰੋਚ ਹੈਗੀ ਹੈ। ਸਹੀ ਗੱਲ, ਔਰ ਜਿਹੜਾ ਭਾਈਚਾਰਾ ਹੈਗਾ ਪੰਜਾਬ ਵਿੱਚ, ਉਹ ਸਭ ਜਿਹੜਾ ਹੈਗਾ ਕਮਿਊਨਿਟੀ ਵਾਲਾ ਮਾਮਲਾ, ਉਹ ਇਹ ਨਹੀਂ ਮੈਂ ਕਹਿ ਰਿਹਾ ਕਿ ਬਾਕੀ ਜਗ੍ਹਾ ਨਹੀਂ ਹੈਗਾ, ਪਰ ਉਹ ਸਾਡੀ ਬਹੁਤ ਵੱਡੀ ਸਟਰੈਂਥ ਵੀ ਹੈਗੀ ਹੈ। ਬਿਲਕੁਲ ਬਿਲਕੁਲ, ਇਹ ਗੱਲ ਤੁਸੀਂ ਸਹੀ ਕਹਿ ਰਹੇ ਹੋ। ਅੱਛਾ, ਕੋਈ ਇੱਦਾਂ ਦਾ ਪੰਜਾਬੀ ਐਕਟਰ ਜਿਹੜੇ ਹੁਣ ਜਿਨ੍ਹਾਂ ਨੂੰ ਹੁਣ ਤੱਕ ਤੁਸੀਂ ਦੇਖਿਆ ਫਿਲਮਾਂ ਦੇ ਵਿੱਚ ਕੰਮ ਕਰਦੇ ਜਾਂ ਜਿਨ੍ਹਾਂ ਨਾਲ ਕੰਮ ਕੀਤਾ, ਤੁਹਾਨੂੰ ਲੱਗਦਾ ਕਿ ਇਹ ਬਾਲੀਵੁੱਡ ਕੈਲੀਬਰ ਦਾ ਹੈਗਾ ਮੁੰਡਾ, ਕਿਉਂਕਿ ਤੁਸੀਂ ਆਪਣੇ ਪੰਜਾਬੀ ਹੀ ਹੁਣ ਬਾਲੀਵੁੱਡ ਵਿੱਚ ਕਿੰਨੇ ਕੰਮ ਕਰ ਰਹੇ ਹੋ? ਬਹੁਤ ਹੈਗੇ ਜੀ। ਹਾਂਜੀ ਹਾਂ, ਇੱਕ ਬਹੁਤ ਵੱਡਾ ਐਗਜ਼ਾਮਪਲ ਹੈ ਜਿੰਮੀ ਸ਼ੇਰਗਿੱਲ ਜੀ,
ਲੇਕਿਨ ਜਿਮੀ ਸ਼ੇਰਗਿੱਲ ਦਾ ਤੁਸੀਂ ਕੋਈ ਕੰਮ ਦੇਖ ਲਓ ਬਾਲੀਵੁੱਡ ਵਿੱਚ ਅੱਜ ਤੱਕ ਹਲਕਾ ਨਹੀਂ ਕੀਤਾ ਉਹਨੇ ਵਾਕਈ ਸਹੀ ਹਰ ਵਾਰ ਹੀ ਹੈਜ਼ ਪ੍ਰੂਵਡ ਹਿਮਸੈਲਫ ਐਗਜੈਕਟਲੀ ਬਾਕੀ ਤਾਂ ਰੱਬ ਦੇ ਹੱਥ ਵੀ ਹੁੰਦਾ ਕਿੰਨਾ ਕੁਝ ਹੁੰਦਾ ਔਰ ਅੱਜ ਤੱਕ ਹਿਸਟਰੀ ਦੇਖ ਲਓ ਜੀ ਮੋਸਟ ਆਫ ਦਾ ਬਿਗ ਸਟਾਰਸ ਪੰਜਾਬੀ ਰਹੇ ਜੀ ਦਿਲੀਪ ਕੁਮਾਰ ਸਾਹਿਬ ਯੂਸਫ ਸਾਹਿਬ ਵੀ ਪੰਜਾਬੀ ਸੀ ਪਿਛੋਰ ਦੇ ਗੱਲ ਚਾਹੇ ਉਹ ਕਪੂਰ ਰਹੇ ਚਾਹੇ ਵਿਨੋਦ ਖੰਨਾ ਰਹੇ ਬੜੇ ਧਰਮ ਜੀ 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 ਬਿਲਕੁਲ ਸਹੀ ਗੱਲ ਹੈ ਫੈਮਿਲੀ ਬਿਲਕੁਲ ਬੜੇ ਸਾਰੇ ਐਕਟਰ ਸ਼ਾਇਦ ਇਹ ਵੀ ਨਹੀਂ ਕਰ ਰਹੇ ਕਿ ਆਏਗਾ ਤਾਂ ਠੀਕ ਹੈ ਕੋਈ ਮੇਜਰ ਐਫਰਟ ਨਹੀਂ ਕਰ ਰਹੇ ਦਲਜੀਤ ਪੰਜਾਬੀ ਫਿਲਮਾਂ ਕਰਨ ਲੱਗ ਪਿਆ ਐਗਜੈਕਟਲੀ ਤੇ ਹਨੀ ਤਾਂ ਆਲਰੇਡੀ ਪੰਜਾਬੀ ਹਿੰਦੀ ਫਿਲਮਾਂ ਵਿੱਚ ਵਾਕਈ ਵਾਕਈ ਦਲਜੀਤ ਵੀ ਹਿੰਦੀ ਫਿਲਮਾਂ ਕਰ ਰਿਹਾ ਸੋਰੀ ਪੰਜਾਬੀ ਫਿਲਮਾਂ ਕਰ ਰਿਹਾ ਹਨੀ ਸਿੰਘ ਆਲਰੇਡੀ ਪੰਜਾਬੀ ਹਿੰਦੀ ਫਿਲਮਾਂ ਵਿੱਚ ਬਿਲਕੁਲ ਬਿਲਕੁਲ ਹਾਂਜੀ ਇੱਕ ਪ੍ਰੈਜ਼ੈਂਸ ਸ਼ੋਅ ਕਰ ਚੁੱਕੇ ਨੇ ਸ਼ੋਅ ਕਰ ਚੁੱਕੇ ਨੋ ਡਾਊਟ ਨੋ ਡਾਊਟ ਤੇ ਦੈਟ ਵੇ ਇਨਫੈਕਟ ਉਹਨਾਂ ਨੂੰ ਇੱਥੇ ਲੋੜ ਉਹਨਾਂ ਨੂੰ ਇਸ ਪਾਸੇ ਆਉਣਾ ਚਾਹੀਦਾ ਅਤੇ ਦੇਖਣਾ ਚਾਹੀਦਾ ਕਿ ਬਈਆ ਕਿੰਨਾ ਨੂੰ ਜਾ ਸਕਦੇ ਇਹ ਬੜੀ ਹੌਸਲਾ ਅਫਜ਼ਾਈ ਵਾਲੀ ਗੱਲ ਹੈਗੀ ਜਿਹੜੇ ਪੰਜਾਬੀ ਆਪਣੇ ਐਕਟਰਸ ਹੈਗੇ ਉਹਨਾਂ ਲਈ ਅੱਛਾ ਇੱਕ ਗੱਲ ਹੋ ਰਹੀ ਹੈ ਕਿ ਹੁਣ ਮੈਂ ਓਬਵੀਅਸਲੀ ਪੰਜਾਬ ਰਿਲੇਟਡ ਥਾਂ ਤੁਹਾਨੂੰ ਸਵਾਲ ਪੁੱਛੀ ਜਾਣਾ ਕਿਉਂਕਿ ਲੋਕ ਜਿਹੜੇ ਤੁਹਾਡੇ ਨਾਲ ਜੁੜੇ ਹੋਏ ਨੇ ਉਹ ਪੰਜਾਬ ਦੇ ਇਸ ਵਕਤ ਜੁੜੇ ਹੋਏ ਨੇ ਜ਼ਿਆਦਾਤਰ ਅਤੇ ਆਉਣ ਵਾਲੇ 5 ਸਾਲਾਂ ਦੇ ਵਿੱਚ ਪੰਜਾਬੀ ਸਿਨੇਮਾ ਨੂੰ ਤੁਸੀਂ ਕਿੱਥੇ ਦੇਖਦੇ ਹੋ ਨਹੀਂ ਹੁਣ ਤਾਂ ਚੜ੍ਹਦੀ ਕਲਾ ਹੈ ਉੱਤੇ ਹੀ ਜਾ ਰਿਹਾ ਜੀ ਹਾਂਜੀ ਤੁਸੀਂ ਅਗਰ ਵਾਪਸ ਰਿਵਾਈਵਲ 2000 ਦੇ ਸ਼ੁਰੂਆਤ ਹੀ ਸ਼ੁਰੂ ਹੋਇਆ ਅਤੇ ਬੈਟਰ ਹੀ ਬੈਟਰ ਹੋ ਰਿਹਾ ਵਿੱਚ ਬਾਕੀ ਹਮੇਸ਼ਾ ਕੋਈ ਵੀ ਆਰਟ ਵਾਲੀ ਚੀਜ਼ ਝੋਲ ਵੀ ਆਉਣਗੇ ਔਰ ਉਹ ਜਿਹੜਾ ਥੱਲੇ ਵਾਲਾ ਪੀਰੀਅਡ ਵੀ ਹੁੰਦਾ ਉਹ ਵੀ ਐਕਚੁਲੀ ਤੁਹਾਨੂੰ ਇੱਥੇ ਲਿਆਉਣ ਵਾਲੀ ਚੀਜ਼ ਹੁੰਦੀ ਐਸਾ ਕੋਈ ਟਾਈਮ ਨਹੀਂ ਹੁੰਦਾ ਕਿ ਜੀ ਇਹ ਖਰਾਬ ਸੀ ਅਤੇ ਇਸ ਕਰਕੇ ਥੱਲੇ ਗਏ ਨਹੀਂ ਉਹ ਉੱਥੋਂ ਵੀ ਇੱਕ ਸਿੱਖ ਹੁੰਦੀ ਹੈ ਉੱਥੋਂ ਵੀ ਕੋਈ ਨਾ ਕੋਈ ਉਹ ਵਾਪਸ ਉਸ ਸਿੱਧ ਉੱਤੇ ਖੜਾ ਹੋ ਕੇ ਦੂਜਾ ਬੈਟਰ ਸਿਨੇਮਾ ਬੈਟਰ ਟਾਈਮ ਆਉਂਦਾ ਔਰ ਉਂਝ ਜੇ ਪਿਛਲੇ ਕੁਛ ਸਾਲਾਂ ਦੇਖੋ ਅਗਰ ਅਲੱਗ ਅਲੱਗ ਕਹਾਣੀਆਂ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਰ੍ਹਾਂ ਤਰ੍ਹਾਂ ਨਵੇਂ ਲੋਕ ਜੁੜ ਰਹੇ ਨੇ ਬਿਲਕੁਲ ਬਹੁਤ ਸਾਰੇ ਲੋਕ ਜਿਹੜੇ ਆਲਰੇਡੀ ਬੰਬੇ 'ਚ ਅਗਰ ਪੰਜਾਬ ਵਿੱਚ ਆ ਕੇ ਫਿਲਮਾਂ ਬਣਾ ਰਹੇ ਨੇ ਐਗਜੈਕਟਲੀ ਇਹ ਅਚੀਵਮੈਂਟ ਹੈ ਜੀ ਬਾਕੀ ਇਹ ਬਹੁਤ ਵੱਡੀ ਅਚੀਵਮੈਂਟ ਹੈ ਨੋ ਡਾਊਟ ਔਰ ਆਉਣ ਵਾਲਾ ਟਾਈਮ ਬਿਹਤਰ ਹੋਰ ਬਿਹਤਰ ਹੋਣ ਵਾਲਾ ਬਿਲਕੁਲ ਜੀ ਕਿਆ ਹੀ ਬਾਤ ਹੈ ਅਤੇ ਆਉਣ ਵਾਲੇ ਟਾਈਮ ਦੇ ਵਿੱਚ ਹੁਣ ਅਸੀਂ ਪਵਨ ਰਾਜ ਮਲਹੋਤਰਾ ਜੀ ਵੱਲੋਂ ਹੋਰ ਕਿਹੜੀਆਂ ਕਿਹੜੀਆਂ ਪੰਜਾਬੀ ਫਿਲਮਾਂ ਵਿੱਚ ਤੁਹਾਨੂੰ ਦੇਖ ਸਕਦੇ ਹਾਂ ਜੀ ਮੈਂ ਇੱਕ ਪੰਜਾਬੀ ਫਿਲਮ ਜ਼ੋਰਾਵਰ ਦੀ ਅਸੀਂ ਸ਼ੂਟਿੰਗ ਕੀਤੀ ਹੈ ਹਾਂਜੀ ਔਰ ਉਹਦੇ 2 ਦਿਨ ਦੀ ਸ਼ੂਟਿੰਗ ਰਹਿੰਦੀ ਹੈ ਰਾਈਟ ਉਹ PTC ਨੇ ਪ੍ਰੋਡਿਊਸ ਕੀਤੀ ਹੈ ਓਕੇ ਅਤੇ ਉਹ ਕੰਪਲੀਟ ਹੋ ਜਾਏ ਬਾਕੀ ਤਾਂ ਰੱਬ ਦੇਗਾ ਜੀ ਬਾਕੀ ਜੋ ਜੋ ਚੰਗਾ ਕੰਮ ਆਉਂਦਾ ਰਹੇ ਮੈਂ ਬਹੁਤ ਖੁਸ਼ ਹੋਊਂਗਾ ਅਗਰ ਮੈਨੂੰ ਪੰਜਾਬੀ ਫਿਲਮਾਂ 'ਚ ਚੰਗਾ ਕੰਮ ਮਿਲਦਾ ਰਹੇ ਚੰਗੀ ਫਿਲਮਾਂ ਦਾ ਹਿੱਸਾ ਬਣਦਾ ਰਹਾਂ ਬਿਲਕੁਲ ਅਤੇ ਮੈਂ ਰੱਬ ਦਾ ਬਹੁਤ ਸ਼ੁਕਰੀਆ ਅਦਾ ਕਰਾਂਗਾ ਮੈਨੂੰ ਬੜਾ ਚੰਗਾ ਲੱਗਦਾ ਇੱਥੇ ਜੋ ਮੈਂ 2 ਫਿਲਮਾਂ ਕੀਤੀਆਂ ਹਾਲੇ ਤੱਕ 3 ਉਹਦੇ ਵਿੱਚ ਰੱਬ ਨੇ ਇੱਕ ਹੋਰ ਅੱਛਾ ਕੀਤਾ ਕਿ ਮੈਨੂੰ ਡਾਇਰੈਕਟਰਸ ਵੀ ਬਹੁਤ ਚੰਗੇ ਦਿੱਤੇ ਕਹਾਣੀਆਂ ਵੀ ਬਹੁਤ ਚੰਗੀਆਂ ਮਿਲੀਆਂ ਅਤੇ ਐਸਾ ਹੀ ਚੱਲਦਾ ਰਹੇ ਬਾਕੀ ਜਿੱਧਰ ਕਿਸਮਤ ਜਾਏਗੀ ਵਾਹ ਜੀ ਵਾਹ ਬਿਲਕੁਲ ਜੀ ਬਿਲਕੁਲ ਸਰ ਬਹੁਤ ਬਹੁਤ ਸ਼ੁਕਰੀਆ ਤੁਸੀਂ PTC ਸਟਾਰ ਸਪੀਕਸ ਵਿੱਚ ਹੋਰ ਖੁੱਲ੍ਹ ਕੇ ਬਹੁਤ ਸਾਰੀਆਂ ਗੱਲਾਂ ਸਾਡੇ ਨਾਲ ਕੀਤੀਆਂ ਆਪਣੀ ਲਾਈਫ ਦੇ ਜਿਹੜੇ ਸ਼ੁਰੂਆਤੀ ਦੌਰ ਸੀ ਉਹਨਾਂ ਬਾਰੇ ਸਾਂਝੀਆਂ ਕੀਤੀਆਂ ਅਤੇ ਪੰਜਾਬੀ ਸਿਨੇਮਾ ਨੂੰ ਸਿੱਖਣ ਲਈ ਬਹੁਤ ਸੇਧ ਮਿਲੀ ਹੋਣੀ ਆ ਇਸ ਇੰਟਰਵਿਊ ਤੋਂ ਖਾਸ ਤੌਰ 'ਤੇ ਮੈਂ ਸਮਝ ਸਕਦਾ ਜੀ ਅਤੇ ਸੋਚ ਸਕਦਾ ਜੀ ਮੈਂ ਬਹੁਤ ਬਹੁਤ ਧੰਨਵਾਦ ਦਿੰਦਾ ਕਿ ਤੁਸੀਂ ਮੈਨੂੰ ਮੇਰੇ ਆਡੀਅੰਸ ਤੱਕ ਪਹੁੰਚਣ ਦਾ ਮੌਕਾ ਦਿੱਤਾ ਸਭ ਨੂੰ ਸਤਿ ਸ਼੍ਰੀ ਅਕਾਲ ਜੈ ਹਿੰਦ ਕਿਆ ਬਾਤ ਸਤਿ ਸ਼੍ਰੀ ਅਕਾਲ